Hallelujah. ਰੱਬ ਦੀ ਆਵਾਜ਼ ਟੀਵੀ ਪੇਸ਼ ਕਰਦੇ ਨੇ ਹਾਲੇਲੂਯਾ 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 ਹੇ ਹੇ ਰੱਬ ਦੀ ਆਵਾਜ਼ 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 ਦੁਖੀਆਂ ਦੇ ਦੁੱਖ ਦੂਰ ਹੈ ਕਰਦੀ ਰੱਬ ਦੀ ਆਵਾਜ਼ ਖੁਸ਼ੀਆਂ ਵਿੱਚ ਭਰਪੂਰ ਹੈ ਕਰਦੀ ਰੱਬ ਦੀ ਆਵਾਜ਼ ਵਿੱਚ ਮਸ਼ਹੂਰ ਹੈ ਕਰਦੀ ਰੱਬ ਦੀ ਆਵਾਜ਼ 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 ਹਰ ਪਲ ਪ੍ਰਭੂ ਯਿਸੂ ਮਸੀਹ ਦੇ ਵਚਨ ਭਜਨ ਗੀਤ ਆਸ਼ੀਸ਼ ਤੇ ਬਰਕਤ ਲੈਣ ਲਈ ਦੇਖੋ ਚੈਨਲ ਰੱਬ ਦੀ ਆਵਾਜ਼ ਜੂਕੇ ਹਾਲੇਲੂਯਾ ਰੱਬ ਦੀ ਆਵਾਜ਼ ਟੀਵੀ ਅੱਜ ਫਿਰ ਅਸੀਂ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਸ਼ੁਰੂ ਕਰਦੇ ਹਾਂ ਕਿ ਅੱਜ ਦੁਬਾਰਾ ਫਿਰ ਰੱਬ ਦੀ ਆਵਾਜ਼ ਇੰਟਰਨੈਸ਼ਨਲ ਮਿਨਿਸਟਰੀ ਦੇ ਉੱਤੇ ਪਰਮੇਸ਼ਵਰ ਨੇ ਮੌਕਾ ਦਿੱਤਾ ਹੈ ਕਿ ਅਸੀਂ ਮੇਰੇ ਨਾਲ ਪਾਸਟਰ ਗਿਰ ਵੀ ਹੈ ਔਰ ਬਹੁਤ ਅੱਛਾ ਸੇਵਕ ਆ ਗੁੱਡ ਟੋਪਿਕ ਲੈ ਕੇ ਆਉਂਦੇ ਨੇ ਅਸੀਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹੈ ਔਰ ਸ਼ੁਕਰਗੁਜ਼ਾਰ ਹੈ ਪਾਸਟਰ ਜਮਲ ਭੰਡਾਰ ਜੀ ਦਾ ਔਰ ਉਹਨਾਂ ਨੇ ਇਹ ਚੈਨਲ ਖੋਲ੍ਹਿਆ ਤਾਂ ਕਿ ਇਸ ਚੈਨਲ ਦੇ ਉੱਤੇ ਉਹ ਸਾਰੇ ਲੋਕਾਂ ਨੂੰ ਦਾਅਵਤ ਦਿੰਦੇ ਨੇ ਕਿ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਗੀਤ ਗਾ ਸਕਦੇ ਹੋ ਵਚਨ ਸੁਣਾ ਸਕਦੇ ਹੋ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਆ ਉਹ ਜ਼ਰੂਰ ਰੱਬ ਦੀ ਆਵਾਜ਼ ਦੇ ਪ੍ਰੋਗਰਾਮ ਨੂੰ ਹਮੇਸ਼ਾ ਸੁਣਦੇ ਰਹੋ ਇਹ ਪ੍ਰੋਗਰਾਮ ਇੰਡੀਆ ਪਾਕਿਸਤਾਨ ਯੂਰਪ ਦੇ ਵਿੱਚ ਸਾਰੇ ਪਾਸੇ ਜਾਂਦਾ ਔਰ ਬਹੁਤ ਸਾਰੇ ਲੋਕ ਰੱਬ ਦੀ ਆਵਾਜ਼ ਨੂੰ ਸੁਣਦੇ ਨੇ ਤਾਂ ਬੜੀ ਆਸ਼ਿਸ਼ ਪਾਉਂਦੇ ਨੇ ਸਾਡੀ ਦਿਲ ਦੀ ਦੁਆ ਆ ਔਰ ਖਾਸ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਰੱਬ ਦੀ ਆਵਾਜ਼ ਦਾ ਚਰਚ ਜਿਹੜਾ ਉਸ ਮੈਥਕ ਵਿੱਚ ਹੈ ਇੱਥੇ ਲੋਕਲ ਹੀ ਹੈ ਬਰਮਿੰਗਹਮ ਦੇ ਵਿੱਚ ਅਤੇ ਉਹਦਾ ਪੋਸਟ ਕੋਡ ਮੈਂ ਤੁਹਾਨੂੰ ਦੱਸਣਾ ਚਾਹੁੰਦਾ B7B677NL ਮੈਂ ਦੁਬਾਰਾ ਰਿਪੀਟ ਕਰੂੰਗਾ B677NL ਅਗਰ ਤੁਸੀਂ ਇਹ ਆਪਣੇ ਪੋਸਟ ਕੋਡ ਦੇ ਵਿੱਚ ਆਪਣੇ ਗੱਡੀ ਦੇ ਪਾਓਗੇ ਟਮ ਟਮ ਦੇ ਵਿੱਚ ਤਾਂ ਉਹ ਜ਼ਰੂਰ ਤੁਸੀਂ ਆ ਜਾਓਗੇ ਇਹ ਜਲਦੀ ਤੁਹਾਨੂੰ ਪਰਮੇਸ਼ਵਰ ਲੈ ਕੇ ਆਊਗਾ ਉਹਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਸਾਡੇ ਸੈਟਰਡੇ ਸਾਡੇ ਪਾਸਟਰ ਸੋਹਣ ਮਸੀਹ ਗਿੱਲ ਦਾ ਚਰਚ ਹੁੰਦਾ 4:30 ਤੋਂ ਲਾ ਕੇ 7 ਤੀ ਤਾਂ ਮਿਹਰਬਾਨੀ ਕਰਕੇ ਤੁਸੀਂ ਸੈਟਰਡੇ ਵੀ ਆਓ ਅਤੇ ਸੰਡੇ ਜਮਨ ਭੰਡਾਰ ਜੀ ਦਾ ਪ੍ਰੋਗਰਾਮ ਹੁੰਦਾ ਸੰਡੇ ਨੂੰ ਚਰਚ ਦੇ ਵਿੱਚ ਉਹ ਪੋਚ ਵਚਨ ਸੁਣਾਉਂਦੇ ਸੈਟਰਡੇ ਸੋਹਣ ਮਸੀਹ ਗਿੱਲ ਵਚਨ ਸੁਣਾਉਂਦੇ ਜ਼ਰੂਰ ਤੁਹਾਨੂੰ ਆਸ਼ਿਸ਼ ਅਤੇ ਬਰਕਤ ਮਿਲੇਗੀ ਔਰ ਉਹਦਾ ਐਡਰੈਸ ਹੈਗਾ ਸੈਟ ਐਲਬਿਨ ਕਮਿਊਨਿਟੀ ਸੈਂਟਰ ਜ਼ਰੂਰ ਉੱਥੇ ਸਮੈਥਿਕ ਦੇ ਵਿੱਚ ਤੁਸੀਂ ਪਹੁੰਚੋ ਮੈਂ ਦੁਬਾਰਾ ਫਿਰ ਤੁਹਾਨੂੰ B677NL ਇਹ ਪੋਸਟ ਕੋਡ ਹੈ ਇਹ ਪਾ ਕੇ ਆਪਣੇ
ਟਮਟਮ ਦੇ ਵਿੱਚ ਅਤੇ ਉਹ ਤੁਸੀਂ ਇੱਥੇ ਪਹੁੰਚ ਸਕਦੇ ਹੋ। ਤੁਹਾਡਾ ਬਹੁਤ ਸ਼ੋਰ ਕਹੂੰਗਾ, ਪ੍ਰਭੂ ਯਿਸੂ ਮਸੀਹ ਤੁਹਾਨੂੰ ਬਹੁਤ ਆਸ਼ਿਸ਼ ਅਤੇ ਬਰਕਤ ਦੇਊਗਾ। ਔਰ ਖਾਸ ਕਰਕੇ ਅੱਜ ਦਾ ਟੋਪਿਕ ਲੈ ਕੇ ਪਾਸਟਰ ਸੋਹਣ ਸਿੰਘ ਗਿੱਲ ਆਏ, ਮੈਂ ਗੁਜ਼ਾਰਿਸ਼ ਕਰੂੰਗਾ ਕਿ ਉਹ ਆਪਣੇ ਟੋਪਿਕ ਦੇ ਬਾਰੇ ਦੱਸਣਗੇ, ਫਿਰ ਛੋਟੀ ਜਿਹੀ ਦੁਆ ਕਰਾਂਗੇ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰ ਦੇਵਾਂਗੇ। ਆਮੈਨ। ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ, ਸਭ ਨੂੰ ਪ੍ਰੇਮ ਭਰੀ ਸਲਾਮ, ਜੈ ਮਸੀਹ ਦੀ। Yes. Hallelujah. Hallelujah. Praise God. Amen. Amen. ਜਿੰਨੇ ਵੀ ਦਰਸ਼ਕ ਅੱਜ ਦੇ ਪ੍ਰੋਗਰਾਮ ਨੂੰ ਦੇਖ ਰਹੇ ਆ, ਔਰ ਸਾਨੂੰ ਯੱਸੂ 'ਤੇ ਪੱਕਾ ਭਰੋਸਾ ਆ ਕਿ ਉਹ ਯੱਸੂ ਦੇ ਜਿਹੜੇ ਭਗਤ ਨੇ ਉਹ ਅੱਜ ਜ਼ਰੂਰ ਬਲੈਸਿੰਗ ਪਾਉਣਗੇ, ਆਮੈਨ, ਬਰਕਤਾਂ ਪਾਉਣਗੇ। ਅੱਜ ਦਾ ਮੇਰਾ ਇਹ ਟੋਪਿਕ ਹੈ ਟੂ ਅੰਡਰਸਟੈਂਡ ਦਾ ਬਾਈਬਲ। ਇਹ ਜੋ ਬਾਈਬਲ, ਜੋ ਪ੍ਰਭੂ ਦਾ ਵਚਨ ਹੈ, ਬਾਈਬਲ ਜਿਸ ਨੂੰ ਅਸੀਂ ਧਰਮ ਗ੍ਰੰਥ ਵੀ ਕਹਿੰਦੇ ਹਾਂ, ਬਾਈਬਲ ਵੀ ਪਵਿੱਤਰ ਬਾਈਬਲ ਵੀ ਕਹਿੰਦੇ ਹਾਂ, ਔਰ ਇਹ ਪਵਿੱਤਰ ਬਾਈਬਲ ਜਿੰਦਾ ਪਰਮੇਸ਼ਵਰ ਦਾ ਕਲਾਮ ਹੈ, ਜਿੰਦਾ ਵਚਨ, ਕਿਉਂਕਿ ਸਾਡਾ ਪਰਮੇਸ਼ਵਰ ਜਿਹੜਾ ਆ ਉਹ ਜਿੰਦਾ ਹੈ, ਔਰ ਇਸ ਲਈ ਅਸੀਂ ਜਿਉਂਦੇ ਪਰਮੇਸ਼ਵਰ ਦੀ ਬੰਦਗੀ ਕਰਦੇ ਹਾਂ। ਅਤੇ ਇਹ ਅੱਜ ਇਹ ਦੇਖਾਂਗੇ ਕਿ ਇਹ ਜਿਹੜਾ ਧਰਮ ਗ੍ਰੰਥ ਆ, ਪਵਿੱਤਰ ਬਾਈਬਲ, ਇਹ ਸਾਡੇ ਹੱਥਾਂ 'ਚ ਕਦੋਂ ਆਈ, ਔਰ ਇਹ ਕਲਾਮ ਜਿਹੜਾ ਆ, ਚਾਹੇ ਇਹਨੂੰ 40 ਰਾਈਟਰਾਂ ਨੇ ਲਿਖਿਆ, ਲੇਕਿਨ ਇਹਦਾ ਔਥਰ ਇੱਕੋ ਹੀ ਆ, ਹੋਲੀ ਸਪਿਰਿਟ। ਤੋ ਅੱਜ ਇਸ ਬਾਈਬਲ ਦੇ ਬਾਰੇ 'ਚ ਅਸੀਂ ਗਿਆਨ ਪ੍ਰਾਪਤ ਕਰਾਂਗੇ ਔਰ ਪੜ੍ਹਾਂਗੇ, ਸੁਣਾਂਗੇ। ਤੋ ਮੈਂ ਤਾਲਬ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਹ ਆਇਤ ਪੜ੍ਹ ਕੇ, ਜਿਹੜਾ 2 ਤਿਮੋਥੀ 3:16-17, ਇਹ ਪੜ੍ਹ ਕੇ ਤਾਂ ਦੁਆ ਕਰਦੇ। ਓਕੇ, ਸਾਰੀ ਖੁਦਾ ਦੇ ਕਲਾਮ 'ਚ ਲਿਖਿਆ ਤਿਮੋਥੀ ਉਸ ਵਿੱਚ, ਇਹ ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ ਤਾੜਨ ਸੁਧਾਰਨ ਅਤੇ ਧਰਮ ਦੇ ਗੁਣਕਾਰ ਲਈ ਗੁਣਕਾਰ ਹੈ। ਭਾਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੈ ਹੋਵੇ। ਆਮੇਨ, ਆਮੇਨ। ਛੋਟੀ ਜਿਹੀ ਦੁਆ ਕਰਾਂਗੇ। ਪਿਤਾ ਪਰਮੇਸ਼ੁਰ, ਹਾਲੇਲੂਇਆ, ਤੂੰ ਸਾਡਾ ਸੱਚਾ ਜਿਉਂਦਾ ਪਰਮੇਸ਼ੁਰ ਹੈ। ਤੂੰ ਅਲਫਾ ਅਤੇ ਮੇਗਾ ਹੈ, ਸ਼ੁਰੂ ਅਤੇ ਅੰਤ ਹੈ, ਸਭ ਕੁਝ ਤੇਰੇ ਦੁਆਰਾ ਬਣਾਇਆ ਗਿਆ, ਸਭ ਦੁਨੀਆਂ ਨੂੰ ਤਿਆਰ ਕੀਤਾ, ਹਰ ਇੱਕ ਮੁਲਕ ਦੇ ਵਿੱਚ ਆਪਣੇ ਲੋਕਾਂ ਨੂੰ ਤਿਆਰ ਕੀਤਾ। ਬਹੁਤ ਸਾਰੇ ਲੋਕ ਅੱਜ ਗੋਡ ਚੈਨਲ ਦੇ ਉੱਤੇ ਔਰ ਯੂਟਿਊਬ ਦੇ ਉੱਤੇ ਬਹੁਤ ਸਾਰੇ ਮੈਸੇਜ ਆਉਂਦੇ ਨੇ, ਬਹੁਤ ਸਾਰੇ ਪ੍ਰਚਾਰ ਕਰਦੇ ਨੇ। ਪ੍ਰਭੂ, ਸਾਰੇ ਜਿੰਨੇ ਵੀ ਦੁਨੀਆਂ ਦੇ ਅੰਤ ਤੱਕ ਜਿਹੜੇ ਲੋਕ ਪ੍ਰਭੂ ਤੇਰੀ ਸੇਵਾ ਕਰਦੇ ਨੇ, ਤੁਸੀਂ ਆਸ਼ਿਸ਼ ਅਤੇ ਬਰਕਤ ਦਿਓ। ਅੱਜ ਮੈਂ ਆਪਣੇ ਪਾਦਰੀ ਲਈ ਸੁਣ ਮਸੀਹ ਗਿੱਲ ਨੂੰ ਸਿਰ ਤੋਂ ਲਾ ਕੇ ਪੈਰਾਂ 'ਤੇ ਤੇਰੇ ਪਵਿੱਤਰ ਆਤਮਾ ਦੇ ਨਾਲ ਮਸਾ ਕਰਦੇ ਹਾਂ। ਖੁਦਾਵਾਂ ਯਸੋ, ਅੱਜ ਜੋ ਕੁਛ ਵੀ ਅੱਜ ਕਲਾਮ ਦੱਸਿਆ ਜਾਵੇ ਉਹ ਬਹੁਤ ਸਾਰੇ ਲੋਕਾਂ ਦੀ ਉੱਨਤੀ ਦਾ ਕਾਰਨ ਹੋਵੇ। ਪ੍ਰਭੂ ਤੇਰਾ ਧੰਨਵਾਦ ਕਰਦੇ ਹਾਂ, ਸ਼ੁਰੂ ਕਰਦੇ ਹਾਂ। ਦੁਬਾਰਾ ਫਿਰ ਆਪਦੀ ਆਵਾਜ਼ 'ਤੇ ਸਾਨੂੰ ਮੌਕਾ ਮਿਲਿਆ, ਅੱਜ ਪ੍ਰਭੂ ਦੇ ਨਾਲ ਇਹ ਸਮਾਂ ਗੁਜ਼ਾਰਾਂਗੇ। ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇ, ਯਸੂ ਮਸੀਹ ਦੇ ਨਾਂ 'ਤੇ ਮੰਗਦੇ ਹਾਂ। ਐਵਰੀਬਾਡੀ ਸੇ ਆਮੇਨ, ਹਾਲੇਲੂਇਆ, ਆਮੇਨ। ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਜੋ ਕਲਾਮ ਦੇ ਵਿੱਚੋਂ ਪੜ੍ਹਿਆ ਗਿਆ ਆ, ਪਲੂਸ ਰਸੂਲ ਦਾ ਦੂਸਰਾ ਖੱਤ ਜੋ ਹੈ ਉਹਨੂੰ ਅਸੀਂ ਦੇਖਾਂਗੇ ਕਿ ਪਲੂਸ ਰਸੂਲ ਦਾ ਦੂਸਰਾ ਖੱਤ ਤਿਮੋਥੀਅਸ ਨੂੰ ਜਿਹੜਾ ਉਹਨੇ ਲਿਖਿਆ ਸੀ, ਉਹਦਾ 3 ਬਾਪ, ਉਹਦੀ 16 ਮਈ ਅਤੇ 17 ਮਈ 'ਚ ਲਿਖਿਆ ਕਿ ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ। ਜਾਣੀ ਕਿ ਜੋ ਕੁਛ ਵੀ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ
ਉਹ ਖੁਦਾ ਦੀ ਆਤਮਾ ਦੇ ਨਾਲ ਲਿਖਿਆ ਗਿਆ। ਜੋ 40 ਰਾਈਟਰ ਸਨ ਉਹ ਪਵਿੱਤਰ ਆਤਮਾ ਨਾਲ ਉਭਾਰੇ ਜਾਂਦੇ ਸਨ ਔਰ ਅਲੱਗ ਅਲੱਗ ਸਮਿਆਂ ਦੇ ਵਿੱਚ ਉਹਨਾਂ ਨੇ ਇਸ ਨੂੰ ਇਸ ਪਵਿੱਤਰ ਸ਼ਾਸਤਰ ਨੂੰ ਲਿਖਿਆ ਆ। ਔਰ ਇਹ ਜਿਹੜਾ ਪਵਿੱਤਰ ਸ਼ਾਸਤਰ ਹੈ ਇਹ ਖੁਦਾ ਦੀ ਅਗਵਾਈ ਦੇ ਨਾਲ ਲਿਖਿਆ ਗਿਆ। ਇਸ ਲਈ ਪੌਲੁਸ ਰਸੂਲ ਜਿਹੜਾ ਆ ਤਿਮੋਥੀ ਨੂੰ ਯਾਦ ਕਰਾ ਰਿਹਾ ਕਿ ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਇਹ ਕਾਹਦੇ ਵਾਸਤੇ ਹੈ? ਸਾਨੂੰ ਸਿਖਾਉਣ ਲਈ, ਸਾਡੀ ਸਿੱਖਿਆ ਲਈ ਆ, ਔਰ ਸਾਨੂੰ ਧੁਰਕੀ ਦੇਣ ਲਈ, ਤਾੜਨ ਲਈ ਆ, ਸਾਡੇ ਵਿੱਚ ਸੁਧਾਰ ਲਿਆਉਣ ਲਈ ਆ, ਤਾਂ ਕਿ ਅਸੀਂ ਅੱਛੇ ਰਾਸਤਬਾਜ਼ ਲੋਕ ਬਣ ਜਾਈਏ, ਪਵਿੱਤਰ ਲੋਕ ਬਣ ਜਾਈਏ, ਧਰਮੀ ਲੋਕ ਬਣ ਜਾਈਏ। ਤੋ ਇਸ ਲਈ ਇਹ ਜਿਹੜੀ ਬਾਈਬਲ ਹੈ, ਇਹਦਾ ਜਿਹੜਾ ਕਲਾਮ ਹੈ, ਇਹਦੇ ਜਿਹੜੇ ਵਚਨ ਨੇ ਉਹ ਸਾਡੇ ਸਭ ਦੇ ਲਈ ਗੁਣਕਾਰ ਨੇ। ਗੁਣਕਾਰ ਨੇ ਕਿਉਂ ਗੁਣਕਾਰ ਨੇ? ਕਿਉਂਕਿ ਖੁਦਾ ਚਾਹੁੰਦਾ ਭਾਈ ਪਰਮੇਸ਼ਵਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਤੋ ਖੁਦਾ ਜਿਹੜਾ ਹੈ ਉਹ ਕਾਮਲ ਆ, ਉਹ ਮੁਕੰਮਲ ਆ, ਉਹ ਪਵਿੱਤਰ ਆ। ਤੋ ਉਹ ਚਾਹੁੰਦਾ ਕਿ ਉਹਦੇ ਲੋਕ ਵੀ ਕਾਮਲ ਬਣ ਔਰ ਕਾਬਲ ਹੋ ਜਾਣ ਔਰ ਉਹਦੀ ਸ਼ਿਕਸ਼ਾ 'ਤੇ ਚੱਲਣ, ਤਾਂ ਕਿ ਲੋਕ ਇਹ ਸੋਚਣ ਕਿ ਇਹ ਖੁਦਾ ਦੇ ਲੋਕ ਨੇ। ਆਮੇਨ ਆਮੇਨ। ਤੋ ਅੱਜ ਅਸੀਂ ਇਸੇ ਹੀ ਜੋ ਬਾਈਬਲ ਆ ਇਹਦਾ ਅਧਿਐਨ ਕਰਾਂਗੇ। ਤੋ ਕਰੋੜਾਂ ਲੋਕ ਅੱਜ ਵਿਸ਼ਵਾਸ ਯੋਗ ਆ, ਪਰਮੇਸ਼ੁਰ ਜਾਣੀ ਖੁਦਾ ਦੀ ਆਵਾਜ਼ ਦੀ ਖੋਜ ਵਿੱਚ ਹਨ। ਅੱਜ ਲੋਕ ਖੁਦਾ ਨੂੰ ਲੱਭਦੇ ਫਿਰਦੇ ਨੇ, ਪਰ ਜਿਸ ਖੁਦਾ ਦੀ ਅਸੀਂ ਬੰਦਗੀ ਕਰਦੇ ਹਾਂ ਉਹ ਖੁਦਾ ਸਾਨੂੰ ਲੱਭਦਾ ਫਿਰਦਾ। ਹਾਲੇਲੂਇਆ, ਇਹੋ ਹੀ ਡਿਫਰੈਂਸ ਆ। ਹਾਲੇਲੂਇਆ, ਆਮੇਨ। ਪਰਮੇਸ਼ੁਰ ਦਾ ਵਚਨ ਹੀ ਇੱਕ ਐਸਾ ਜ਼ਰੀਆ ਹੈ, ਪਰਮੇਸ਼ੁਰ ਦਾ ਵਚਨ ਮਨੁੱਖ ਦੇ ਜੀਵਨ ਵਿੱਚ, ਸੰਸਾਰ ਦੀਆਂ ਸਮੱਸਿਆਵਾਂ ਵਿੱਚ ਅਤੇ ਮਾਨਵ ਕਲੇਸ਼ਾਂ ਦੇ ਵਿੱਚ ਜੋਤੀ ਚਮਕਾਉਂਦਾ, ਅੰਧੇਰੇ ਨੂੰ ਦੂਰ ਕਰਦਾ। ਹਾਲੇਲੂਇਆ। ਪਰੰਤੂ ਇਸ ਦੇ ਬਾਅਦ ਸਪਸ਼ਟ ਰੂਪ ਵਿੱਚ ਪਰਮੇਸ਼ੁਰ ਦੇ ਮਾਰਗ ਨੂੰ ਦੱਸਦਾ ਹੈ। ਹਾਲੇਲੂਇਆ। ਜਿੰਨੇ ਵੀ ਭੈਣ ਭਰਾ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਮੇਰੀ ਗੁਜ਼ਾਰਿਸ਼ ਹੈ ਕਿ ਕਮੈਂਟਸ ਜ਼ਰੂਰ ਕਰਿਓ, ਕਿਉਂਕਿ ਪ੍ਰੋਗਰਾਮ ਲਾਈਵ ਚੱਲ ਰਿਹਾ ਜੀ, ਤਾਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਜਿਹੜੇ ਕਮੈਂਟਸ ਆ ਉਹ ਵੀ ਸਾਡੇ ਤੱਕ ਪਹੁੰਚਣ। ਅਗਰ ਤੁਸੀਂ ਖੁਦਾ ਦੀਆਂ ਗੱਲਾਂ ਨੂੰ ਲਾਈਕ ਕਰਦੇ ਹੋ ਤਾਂ ਲਾਈਕ ਵੀ ਕਰੋ, ਸ਼ੇਅਰ ਵੀ ਕਰੋ ਔਰ ਕਮੈਂਟਸ ਵੀ ਕਰੋ। ਤੋ ਇਹਦੇ ਵਿੱਚ ਅਸੀਂ ਦੇਖਦੇ ਹਾਂ, ਇਸ ਦੇ ਬਾਅਦ ਪਰੰਤੂ ਇਸ ਦੇ ਬਾਅਦ ਸਪਸ਼ਟ ਰੂਪ ਵਿੱਚ ਪਰਮੇਸ਼ੁਰ ਦੇ ਮਾਰਗ ਨੂੰ ਦੱਸਦਾ, ਜਾਣੀ ਕਿ ਬਾਈਬਲ ਦੇ ਵਿੱਚ ਖੁਦਾ ਦਾ ਕਲਾਮ ਜੋ ਹੈ ਸਾਨੂੰ ਦੱਸਦਾ ਆ ਕਿ ਸਵਰਗ ਜਾਣ ਦਾ ਰਸਤਾ ਜਿਹੜਾ ਆ ਉਹ ਯੱਸੂ ਆ। ਯੈਸ। ਤੇ ਯੱਸੂ ਦੇ ਬਾਰੇ 'ਚ ਜਾਣਕਾਰੀ ਦਿੰਦਾ, ਉਸ ਖੁਦਾ ਦੇ ਬਾਰੇ ਜਾਣਕਾਰੀ ਦਿੰਦਾ, ਉਹ ਖੁਦਾ ਜਿਸ ਨੇ ਅਸਮਾਨ ਅਤੇ ਜ਼ਮੀਨ ਬਣਾਈ ਔਰ ਜੋ ਕੁਛ ਵੀ ਉਹਦੇ ਵਿੱਚ ਹੈ ਸਭ ਨੂੰ ਪੈਦਾ ਕੀਤਾ, ਔਰ ਅਸੀਂ ਮਨੁੱਖ ਵੀ ਉਹਦੇ ਹੱਥਾਂ ਦੀ ਕਾਰਾਗਰੀ ਹਾਂ। ਤੋ ਇਸ ਲਈ ਇਹ ਮਾਨਵ ਜੋਤੀ ਜਿਹੜਾ ਹੈ, ਮਾਨਵ ਜੋ ਹੈ, ਇਨਸਾਨ ਜੋ ਹੈ ਉਹਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ, ਕਲੇਸ਼ਾਂ ਨੂੰ ਦੂਰ ਕਰਦਾ ਅਤੇ ਆਪਣੀ ਜੋਤੀ, ਕਿਉਂਕਿ ਯੱਸੂ ਜਗਤ ਦੀ ਜੋਤੀ ਹੈ ਔਰ ਉਹ ਆਪਣੀ ਜੋਤੀ, ਆਪਣੀ ਚਮਕ, ਆਪਣੀ ਰੌਸ਼ਨੀ ਲੋਕਾਂ ਨੂੰ ਦਿੰਦਾ। ਬਾਈਬਲ ਦਾ ਸੰਦੇਸ਼ ਹੀ ਪ੍ਰਭੂ ਯੱਸੂ ਦਾ ਸੰਦੇਸ਼ ਹੈ।
ਜਿਸ ਨੇ ਕਿਹਾ ਰਾਹ ਸੱਚਾਈ ਅਤੇ ਜੀਵਨ ਮੈਂ, ਹਾਲੇਲੂਇਆ, ਜੌਨ 14:6 ਵਿੱਚ ਪਾਇਆ ਜਾਂਦਾ। ਦੋਸਤੋ, ਜਿੰਨੇ ਵੀ ਅੱਜ ਪਰਮੇਸ਼ਵਰ ਦੀ ਆਵਾਜ਼ ਸੁਣ ਰਹੇ ਹੋ, ਮਿਹਰਬਾਨੀ ਕਰਕੇ ਧਿਆਨ ਦਿਓ ਅਤੇ ਅੱਜ ਦੇ ਵਚਨ ਦੇ ਉੱਤੇ ਕੰਨ ਲਾਓ। ਬਾਈਬਲ ਵਿੱਚ ਅਸੀਂ ਉਸ ਸੰਦੇਸ਼ ਨੂੰ ਪਾਉਂਦੇ ਹਾਂ ਜੋ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਦਾ ਹੈ। ਬਾਈਬਲ ਦੇ ਵਿੱਚ ਉਹ ਸੰਦੇਸ਼ ਦਿੱਤਾ ਗਿਆ ਹੈ ਕਿ ਇੱਕ ਪਾਪੀ ਇਨਸਾਨ ਕਿਵੇਂ ਤੌਬਾ ਕਰ ਸਕਦਾ ਹੈ, ਕਿਵੇਂ ਆਪਣੇ ਪਾਪਾਂ ਨੂੰ ਮੰਨ ਸਕਦਾ। ਯਸੂ 'ਤੇ ਇਮਾਨ ਲਿਆਉਣ ਦੇ ਨਾਲ ਉਹਦੇ ਪਾਪ ਬਲੌਟ ਆਊਟ ਹੋ ਸਕਦੇ ਨੇ, ਟੱਕੇ ਜਾ ਸਕਦੇ ਨੇ, ਔਰ ਉਹਨਾਂ ਦੇ ਪਾਪਾਂ ਦੀ ਉਹਨਾਂ ਨੂੰ ਮਾਫ਼ੀ ਮਿਲ ਸਕਦੀ ਹੈ। ਅਤੇ ਆਪ ਦੇ ਛੁਟਕਾਰੇ ਦੀ ਕਥਾ ਬਾਈਬਲ ਵਿੱਚ ਸਾਡੀ ਮੁਕਤੀ ਦੀ ਕਥਾ ਹੈ, ਯਾਨੀ ਮੁਕਤੀ ਦੀ ਕਹਾਣੀ ਪਾਈ ਜਾਂਦੀ ਹੈ। ਆਪ ਸਭ ਦੇ ਛੁਟਕਾਰੇ ਦੀ ਕਥਾ ਹੈ ਅਤੇ ਮੇਰਾ ਛੁਟਕਾਰਾ ਵੀ ਪ੍ਰਭੂ ਯਸੂ ਮਸੀਹ ਦੇ ਦੁਆਰਾ ਹੋਇਆ। ਆਮੇਨ। ਇਸ ਵਿੱਚ ਜੀਵਨ ਦੀ ਕਥਾ ਅਤੇ ਅਨੰਤ ਕਾਲ ਦੀ ਕਥਾ ਹੈ। ਪਿਆਰੇ ਦੋਸਤੋ, ਸਾਡਾ ਵਿਸ਼ਵਾਸ ਸਾਇੰਸ ਦੇ ਤਰੱਕੀ 'ਤੇ ਨਿਰਭਰ ਨਹੀਂ ਕਰਦਾ, ਪਰੰਤੂ ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਉੱਤੇ ਨਿਰਭਰ ਕਰਦਾ ਹੈ। ਆਓ ਅਸੀਂ ਬਾਈਬਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਅੰਡਰਸਟੈਂਡ ਦਾ ਬਾਈਬਲ। ਬਾਈਬਲ ਯਸੂ ਮਸੀਹ ਨੂੰ ਦੁਨੀਆ ਦਾ ਮੁਕਤੀਦਾਤਾ ਦੇ ਰੂਪ ਵਿੱਚ ਬਿਆਨ ਕਰਦੀ ਹੈ। ਬਾਈਬਲ ਦੇ ਪਿੱਛੇ, ਬਾਈਬਲ ਦੇ ਨੀਚੇ, ਬਾਈਬਲ ਦੇ ਉੱਪਰ ਔਰ ਬਾਈਬਲ ਦੇ ਅੱਗੇ, ਬਾਈਬਲ ਦਾ ਹੀ ਪਰਮੇਸ਼ਵਰ ਹੈ। ਬਾਈਬਲ ਪਰਮੇਸ਼ਵਰ ਦਾ ਲਿਖਿਤ ਰੈਵਲੇਸ਼ਨ ਯਾਨੀ ਪ੍ਰਕਾਸ਼ ਹੈ, ਜਿਸ ਵਿੱਚ ਮਨੁੱਖਾਂ ਦੇ ਲਈ ਉਸ ਦੀ ਇੱਛਾ ਪ੍ਰਗਟ ਹੁੰਦੀ ਹੈ ਜਾਂ ਜ਼ਾਹਰ ਹੁੰਦੀ ਹੈ। ਬਾਈਬਲ ਦਾ ਮੁੱਖ ਵਿਸ਼ਾ ਇਹ ਹੈ ਕਿ ਪ੍ਰਭੂ ਯਸੂ ਮਸੀਹ ਦੁਆਰਾ ਮੁਕਤੀ ਹੈ, ਹੋਰ ਕਿਸੇ ਦੂਏ ਤੋਂ ਮੁਕਤੀ ਨਹੀਂ। ਮੁਕਤੀ ਸਿਰਫ ਔਰ ਸਿਰਫ ਯਸੂ ਤੋਂ ਮਿਲਦੀ ਹੈ। ਐਕਟਸ ਚੈਪਟਰ 4:12 ਚ ਲਿਖਿਆ, ਹੋਰ ਕਿਸੇ ਦੂਏ ਤੋਂ ਮੁਕਤੀ ਨਹੀਂ, ਕਿਉਂਕਿ ਸਵਰਗ ਦੇ ਥੱਲੇ ਮਨੁੱਖਾਂ ਦੇ ਵਿੱਚ ਕੋਈ ਹੋਰ ਦੂਜਾ ਨਾਮ ਬਖਸ਼ਾ ਹੀ ਨਹੀਂ ਗਿਆ ਜਿਹਦੇ ਵਸੀਲੇ ਦੇ ਨਾਲ ਅਸੀਂ ਮੁਕਤੀ ਪਾ ਸਕੀਏ। ਤੋ ਇੱਥੇ ਦੇਖਦੇ ਹਾਂ ਕਿ ਯਸੂ ਦੁਆਰਾ ਹੀ ਸਾਡਾ ਉਧਾਰ ਹੋਇਆ ਜਾਂ ਸਾਡੀ ਮੁਕਤੀ ਹੋਈ ਹੈ। ਬਾਈਬਲ ਵਿੱਚ ਕੁੱਲ 66 ਕਿਤਾਬਾਂ ਹਨ ਅਤੇ ਲਗਭਗ 40 ਲੇਖਕਾਂ ਦੁਆਰਾ ਇਹ ਬਾਈਬਲ ਲਿਖੀ ਗਈ ਹੈ, ਔਰ ਅਤੇ ਇਸ ਨੂੰ ਲਿਖਣ ਦੇ ਵਿੱਚ 1600 ਸਾਲ ਦੇ ਵਿੱਚ ਇਹ ਬਾਈਬਲ ਕੰਪਲੀਟ ਹੋਈ ਹੈ। ਔਰ ਬਾਈਬਲ ਦਾ ਜਿਹੜਾ ਆਥਰ ਹੈ ਉਹ ਪਵਿੱਤਰ ਆਤਮਾ ਹੈ। ਹਾਲੇਲੂਇਆ। ਯੈਸ। ਬਾਈਬਲ ਦੇ ਦੋ ਵੱਡੇ ਹਿੱਸੇ ਨੇ, ਇਹ ਇੱਕ ਪੁਰਾਣਾ ਓਲਡ ਟੈਸਟਾਮੈਂਟ, ਪੁਰਾਣਾ ਨਿਯਮ ਅਤੇ ਨਵਾਂ ਨਿਯਮ। ਹਾਲੇਲੂਇਆ। ਹਿਬਰੂ ਭਾਸ਼ਾ ਦੇ ਵਿੱਚ ਪੁਰਾਣਾ ਨਿਯਮ ਲਿਖਿਆ ਗਿਆ, ਔਰ ਗ੍ਰੀਕ ਭਾਸ਼ਾ ਦੇ ਵਿੱਚ ਨਵਾਂ ਐਦਨਾਮਾ ਲਿਖਿਆ ਗਿਆ। ਯਾਦ ਰੱਖੋ ਕਿ ਇੰਗਲਿਸ਼ ਬਾਈਬਲ ਦਾ ਅਨੁਵਾਦ ਯਾਨੀ ਟ੍ਰਾਂਸਲੇਸ਼ਨ ਇਹਨਾਂ ਮੁੱਖ ਭਾਸ਼ਾਵਾਂ ਵਿੱਚੋਂ ਹੋਇਆ। ਬਾਈਬਲ ਸ਼ਬਦ ਗ੍ਰੀਕ ਭਾਸ਼ਾ ਦੇ ਬੈਬਲੋਸ ਤੋਂ ਲਿਆ ਗਿਆ। ਬੈਬਲੋਸ ਨੂੰ ਇੰਗਲਿਸ਼ ਦੇ ਵਿੱਚ ਬਾਈਬਲ ਕਿਹਾ ਗਿਆ। ਬਾਈਬਲ ਦਾ ਮਤਲਬ ਹੈ ਮੈਨੀ ਬੁੱਕਸ ਜੈਟ ਵਨ ਬੁੱਕ, ਮੈਨੀ ਬੁੱਕ ਬਟ ਜੈਟ ਵਨ ਬੁੱਕ,
ਜਦੋਂ ਅਸੀਂ ਕਹਿੰਦੇ ਲਾਇਬ੍ਰੇਰੀ, ਲਾਇਬ੍ਰੇਰੀ ਇੱਕ ਸਿੰਗੂਲਰ ਸ਼ਬਦ ਹੈ, ਲੇਕਿਨ ਲਾਇਬ੍ਰੇਰੀ 'ਚ ਸੈਂਕੜੇ ਹਜ਼ਾਰਾਂ ਦੀ ਤਾਦਾਦ 'ਚ ਕਿਤਾਬਾਂ ਹੁੰਦੀਆਂ। ਜੈਟ ਕੋਲ ਵਨ ਨੇਮ ਲਾਇਬ੍ਰੇਰੀ, ਦ ਬਾਈਬਲ ਹੈਜ਼ ਮੈਨੀ ਬੁੱਕਸ ਬਟ ਜੈਟ ਕੋਲ ਵਨ ਬੁੱਕ ਬਾਈਬਲ। ਅਮਨ ਓਲਡ ਟੈਸਟਾਮੈਂਟ ਜਾਣੀ ਪੁਰਾਣਾ ਨਿਯਮ, ਉਹ ਵਾਚਾ ਜਾਂ ਸਹਿਮਤੀ ਹੈ ਜਿਸ ਨੂੰ ਪਰਮੇਸ਼ੁਰ ਨੇ ਮਸੀਹ ਦੇ ਆਉਣ ਤੋਂ ਪਹਿਲਾਂ ਮਨੁੱਖਾਂ ਦੇ ਨਾਲ ਬੰਨਿਆ ਸੀ। ਪੁਰਾਣੇ ਨਿਯਮ ਦਾ ਨਿਯਮ ਵਿੱਚ ਅਸੀਂ ਸ਼ਰ੍ਹਾਂ ਜਾਂ ਵਿਸ਼ਵਾਸ ਦੀ ਵਾਚਾ ਜਾਂ ਸਹਿਮਤੀ ਪਾਉਂਦੇ ਹਾਂ। ਨਿਊ ਟੈਸਟਾਮੈਂਟ ਨਵੇਂ ਐਦਨਾਮੇ ਵਿੱਚ ਉਹ ਵਾਚਾ ਜਾਂ ਉਹ ਸਹਿਮਤੀ ਹੈ ਜਿਸ ਨੂੰ ਪਰਮੇਸ਼ੁਰ ਨੇ ਮਸੀਹ ਦੇ ਆਗਮਨ ਦੇ ਬਾਅਦ, ਜਦੋਂ ਯਸੂ ਮਸੀਹ ਪਹਿਲੀ ਵਾਰੀ ਇਸ ਦੁਨੀਆਂ ਦੇ ਵਿੱਚ ਆਏ, ਔਰ ਉਹਦੇ ਬਾਅਦ ਮੁਕਤੀ ਲਈ ਬੰਨੀ ਹੈ। ਜਾਣੀ ਪੁਰਾਣਾ ਨਿਯਮ ਅਤੇ ਨਵਾਂ ਨਿਯਮ ਦੋਨੋਂ ਇੱਕ ਦੂਜੇ ਦੇ ਨਾਲ ਇੰਟਰਲਿੰਕ ਹਨ, ਜਾਣੀ ਇੱਕ ਦੂਜੇ ਨਾਲ ਜੁੜੇ ਹੋਏ ਹਨ। ਗਲੇਸ਼ੀਅਨ ਚੈਪਟਰ 3 ਵਰਸ 17-25, ਤੁਸੀਂ ਇਸ ਨੂੰ ਜ਼ਰੂਰ ਪੜ੍ਹਨਾ ਘਰ ਦੇ ਵਿੱਚ। ਓਲਡ ਟੈਸਟਾਮੈਂਟ ਜਾਣੀ ਕਿ ਪੁਰਾਣਾ ਨਿਯਮ ਸ਼ੁਰੂ ਕਰਦਾ ਜਾਂ ਆਰੰਭ ਕਰਦਾ, ਜਿਸ ਨੂੰ ਨਵਾਂ ਨਿਯਮ ਪੂਰਾ ਕਰਦਾ ਹੈ। ਪੁਰਾਣਾ ਨਿਯਮ ਸਿਨਾਈ ਪਰਬਤ ਦੇ ਚਾਰੋਂ ਤਰਫ ਇਕੱਠੇ ਕਰਦਾ ਹੈ, ਨਵਾਂ ਨਿਯਮ ਕਲਵਰੀ ਦੇ ਚਾਰੋਂ ਤਰਫ ਆਪਣੇ ਲੋਕਾਂ ਨੂੰ ਇਕੱਠੇ ਕਰਦਾ ਹੈ। ਪੁਰਾਣੇ ਨਿਯਮ ਦਾ ਸੰਬੰਧ ਮੂਸਾ ਤੋਂ ਹੈ, ਨਵੇਂ ਨਿਯਮ ਦਾ ਸੰਬੰਧ ਯਸੂ ਮਸੀਹ ਤੋਂ ਹੈ। ਹਾਲੇਲੂਇਆ। ਔਰ ਜੌਨ ਚੈਪਟਰ 1 ਵਰਸ 17 'ਚ ਲਿਖਿਆ, ਇਸ ਤਰ੍ਹਾਂ ਲਿਖਿਆ ਹੋਇਆ ਹੈ, ਇਸ ਲਈ ਵਿਵਸਥਾ ਜਾਂ ਸ਼ਰ੍ਹਾਂ ਮੂਸਾ ਦੇ ਦੁਆਰਾ ਦਿੱਤੀ ਗਈ, ਪਰੰਤੂ ਅਨੁਗ੍ਰਹਿ, ਦਇਆ, ਫਜ਼ਲ, ਸੱਚਾਈ ਯਸੂ ਦੇ ਦੁਆਰਾ ਪਹੁੰਚੀ। ਬਾਈਬਲ ਦੇ ਲੇਖਕ, ਰਾਜੇ, ਰਾਜਕੁਮਾਰ, ਕਵੀ, ਨਵੀ ਅਤੇ ਰਾਜਨੇਤਾ ਸਨ ਅਤੇ ਕੁਝ ਉਸ ਸਮੇਂ ਦੀ ਕਲਾ ਵਿੱਚ ਨਿਪੁੰਨ ਸਨ ਅਤੇ ਕੁਝ ਮਛੇਰੇ ਸਨ, ਮੱਛੀਆਂ ਫੜਨ ਵਾਲੇ ਵੀ ਸਨ। ਤਾਂ ਯਸੂ ਨੇ ਉਹਨਾਂ ਮਛੇਰਿਆਂ ਨੂੰ ਕਿਹਾ ਕਿ ਹੁਣ ਤੁਸੀਂ ਮੱਛੀਆਂ ਫੜਦੇ ਹੋ ਅਤੇ ਮੈਂ ਤੁਹਾਨੂੰ ਮਨੁੱਖਾਂ ਨੂੰ ਫੜਨ ਵਾਲੇ ਬਣਾਵਾਂ। ਜ਼ਿਆਦਾਤਰ ਕਿਤਾਬਾਂ ਪੁਰਾਣੀਆਂ ਹੋ ਜਾਂਦੀਆਂ ਹਨ, ਪਰੰਤੂ ਇਹ ਪੁਸਤਕ ਬਾਈਬਲ ਸਦੀਆਂ ਤੋਂ ਪੜ੍ਹੀ ਜਾ ਰਹੀ ਹੈ। ਪਰ ਇਹ ਪੁਸਤਕ ਬਾਈਬਲ ਜੋ ਧਰਮ ਗ੍ਰੰਥ ਹੈ, ਜਿਸ ਵਿੱਚ ਪਰਮੇਸ਼ੁਰ ਦਾ ਕਲਾਮ ਜਾਂ ਪਰਮੇਸ਼ੁਰ ਦਾ ਵਚਨ ਹੈ, ਸਭ ਦੁਆਰਾ ਪੜ੍ਹਿਆ ਜਾਂਦਾ ਹੈ। ਬਾਈਬਲ ਨੂੰ ਨੌਜਵਾਨ ਅਤੇ ਬਜ਼ੁਰਗ ਇੱਕੋ ਸਮਾਨ ਪ੍ਰੇਮ ਕਰਦੇ ਹਨ। ਜ਼ਿਆਦਾਤਰ ਪੁਸਤਕਾਂ ਪੁਰਾਣੀਆਂ ਹੋ ਜਾਂਦੀਆਂ ਹਨ, ਪਰ ਬਾਈਬਲ ਐਸੀ ਪੁਸਤਕ ਨਹੀਂ ਹੈ, ਇਹ ਦਿਨ ਪ੍ਰਤੀ ਦਿਨ ਨਵੀਂ ਹੈ। ਓਲਡ ਟੈਸਟਾਮੈਂਟ ਦਾ ਆਰੰਭ ਪਰਮੇਸ਼ੁਰ ਤੋਂ ਹੁੰਦਾ ਹੈ, ਨਵੇਂ ਨਿਯਮ ਦਾ ਆਰੰਭ ਯਸੂ ਮਸੀਹ ਤੋਂ ਹੁੰਦਾ ਹੈ। ਆਦਮ ਤੋਂ ਅਬਰਾਹੀਮ ਤੀਕ ਮਾਨਵ ਜਾਤੀ ਦਾ ਇਤਿਹਾਸ ਸਾਡੇ ਕੋਲ ਹੈ। ਅਬਰਾਹੀਮ ਤੋਂ ਮਸੀਹ ਤੱਕ ਚੁਣੇ ਹੋਏ ਵੰਸ਼ ਦਾ ਇਤਿਹਾਸ ਵੀ ਇਸ ਪਵਿੱਤਰ ਬਾਈਬਲ ਦੇ ਵਿੱਚ ਮਿਲਦਾ ਹੈ। ਯਸੂ ਮਸੀਹ ਦੇ ਬਾਅਦ ਦਾ ਇਤਿਹਾਸ, ਕਲੀਸੀਆ ਦਾ ਇਤਿਹਾਸ ਜਾਣੀ ਚਰਚ ਦੀ ਹਿਸਟਰੀ ਕਹਿਲਾਉਂਦਾ ਹੈ।
ਜ਼ਿਆਦਾਤਰ ਲੋਕਾਂ ਦਾ ਇਤਿਹਾਸ ਇਤਿਹਾਸਿਕ ਗਿਆਨ ਉਸ ਮੋਤੀ ਦੀ ਮਾਲਾ ਦੇ ਸਮਾਨ ਹੈ ਜੋ ਕਰਮਬੰਧ ਧਾਗੇ ਵਿੱਚ ਬਿਨਾਂ ਧਾਗੇ ਦੇ ਸਜਾਇਆ ਗਿਆ ਹੋਵੇ। ਇੱਕ ਇਤਿਹਾਸਕਾਰ ਨੇ ਕਿਹਾ, ਇਹ ਬਾਈਬਲ ਦੇ ਇਤਿਹਾਸ ਲਈ ਸੱਚ ਪ੍ਰਤੀਤ ਹੁੰਦਾ ਹੈ। ਬਹੁਤ ਸਾਰੇ ਲੋਕ ਬਾਈਬਲ ਚਰਿੱਤਰ ਅਤੇ ਮੁੱਖ ਘਟਨਾਵਾਂ ਦਾ ਗਿਆਨ ਤਾਂ ਰੱਖਦੇ ਹਨ, ਪਰੰਤੂ ਜਦੋਂ ਉਹਨਾਂ ਨੂੰ ਕਰਮਬੱਧ ਤਰੀਕੇ ਨਾਲ ਜੋੜਨ ਲਈ ਕਿਹਾ ਜਾਏ ਤਾਂ ਉਹ ਖੋ ਜਾਂਦੇ ਜਾਂ ਗੁਆਚ ਜਾਂਦੇ ਹਨ। ਪਰਮੇਸ਼ਵਰ ਦੇ ਵਚਨ ਦੇ ਮੋਤੀਆਂ ਨੂੰ ਚੁਣ ਲਵੋ। ਅਜੀਜ਼ ਭੈਣੋ ਅਤੇ ਭਰਾਵੋ, ਇੱਕ ਵੱਡੀ ਅਪੀਲ ਹੈ ਤੁਹਾਡੇ ਲਈ, ਪਰਮੇਸ਼ਵਰ ਦੇ ਵਚਨ ਦੇ ਮੋਤੀਆਂ ਨੂੰ ਚੁਣ ਲਵੋ ਅਤੇ ਉਹਨਾਂ ਨੂੰ ਕਰਮਬੰਧ ਤਰੀਕੇ ਦੇ ਧਾਗੇ ਵਿੱਚ ਪੈਦਾਇਸ਼ ਤੋਂ ਪ੍ਰਕਾਸ਼ ਵਾਕਿਆ ਦੀ ਪੁਸਤਕ ਜਾਣੀ ਜੈਨਸਿਸ ਟੂ ਰੈਵਲੇਸ਼ਨ ਤੱਕ ਗੁੱਥ ਲਵੋ, ਤਾਂ ਕਿ ਬਾਈਬਲ ਦੀਆਂ ਕਹਾਣੀਆਂ ਨੂੰ ਤਰਤੀਬ ਦੇ ਨਾਲ ਸੋਚ ਸਕੋ। ਬਾਈਬਲ ਦੇ ਵਚਨ ਪਰਮੇਸ਼ਵਰ ਦੇ ਵਚਨ ਹਨ। ਪਰਮੇਸ਼ਵਰ ਪਵਿੱਤਰ ਹੈ ਅਤੇ ਉਸਦੇ ਵਚਨ ਵੀ ਪਵਿੱਤਰ ਹਨ। ਆਓ ਅਸੀਂ ਇਸ ਪਵਿੱਤਰ ਬਾਈਬਲ ਨੂੰ ਅਤੇ ਉਸਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਜਗ੍ਹਾ ਦੇਈਏ, ਕਿਉਂਕਿ ਜਦੋਂ ਤੁਸੀਂ ਬਾਈਬਲ ਨੂੰ ਪੜ੍ਹਦੇ ਅਤੇ ਸੁਣਦੇ ਹੋ ਤਾਂ ਪਰਮੇਸ਼ਵਰ ਨਾਲ ਗੱਲਬਾਤ ਕਰਦੇ ਹੋ। ਆਓ ਅਸੀਂ ਬਾਈਬਲ ਦੇ ਕੁਝ ਵਿਸ਼ਿਆਂ 'ਤੇ ਗੱਲਬਾਤ ਕਰੀਏ। ਯਿਸੂ ਮਸੀਹ ਦੇ ਤੋਹਫ਼ੇ ਤੋਂ ਬਾਅਦ ਪਵਿੱਤਰ ਆਤਮਾ ਦਾ ਤੋਹਫ਼ਾ ਅਤੇ ਬਾਈਬਲ ਤੀਸਰਾ ਤੋਹਫ਼ਾ ਹੈ। ਜਦੋਂ ਇਨਸਾਨ ਨੇ ਗੁਨਾਹ ਕੀਤਾ, ਗੁਨਾਹ ਦੇ ਬਾਅਦ ਖੁਦਾ ਨੇ ਤਿੰਨ ਤੋਹਫ਼ੇ ਜਿਹੜੇ ਆ ਇਸ ਮਾਨਵ ਜਾਤੀ ਨੂੰ ਦਿੱਤੇ। ਪਹਿਲਾ ਤੋਹਫ਼ਾ ਲਵ ਗਿਫਟ, ਲਵ ਗਿਫਟ। ਯਿਸੂ ਮਸੀਹ ਉਸਨੇ ਆਪਣਾ ਪਿਆਰਾ ਪੁੱਤਰ ਇਸ ਜਗਤ ਵਿੱਚ ਭੇਜਿਆ। ਸੈਕਿੰਡ ਗਿਫਟ ਪਵਿੱਤਰ ਆਤਮਾ, ਥਰਡ ਗਿਫਟ ਬਾਈਬਲ, ਇਹ ਪਵਿੱਤਰ ਸ਼ਾਸਤਰ ਜੋ ਸਾਡੇ ਹੱਥਾਂ ਦੇ ਵਿੱਚ ਹੈ, ਇਹ ਤੀਸਰਾ ਗਿਫਟ ਖੁਦਾ ਵੱਲੋਂ ਸਾਨੂੰ ਸਭ ਨੂੰ ਪ੍ਰਾਪਤ ਹੋਇਆ ਹੈ। ਤੋ ਇਸ ਲਈ ਸੈਵਨ ਸਿੰਬਲ ਯੂਜ ਟੂ ਇਲਸਟ੍ਰੇਟ ਦ ਵਰਲਡ ਆਫ ਗਾਡ, ਪਰਮੇਸ਼ਵਰ ਦੇ ਵਚਨ ਦੀ ਵਿਆਖਿਆ ਲਈ ਸੱਤ ਨਿਸ਼ਾਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਸੈਵਨ ਵਰਡਸ ਆਫ ਦ ਬਾਈਬਲ, ਸੈਵਨ ਵੰਡਰਸ ਆਫ ਦ ਬਾਈਬਲ, ਬਾਈਬਲ ਦੇ ਸੱਤ ਅਜੂਬੇ ਨੇ। ਨੰਬਰ ਵਨ, ਇਹ ਸੋਡ ਬਾਈਬਲ ਦੀ ਤੁਲਨਾ ਇੱਕ ਤਲਵਾਰ ਦੇ ਨਾਲ ਕੀਤੀ ਗਈ ਹੈ। ਕਿਹਦੇ ਨਾਲ? ਤਲਵਾਰ ਦੇ ਨਾਲ। ਤਾਂ ਬਾਈਬਲ ਇਜ਼ ਦਾ ਪੁਆਇੰਟਡ ਵਰਡ ਦੈਟ ਕਨਵਿਕਟ ਦ ਹੀਅਰਰ, ਬਾਈਬਲ ਇੱਕ ਨੁਕੀਲਾ ਵਚਨ ਹੈ ਜੋ ਸੁਣਨ ਵਾਲੇ ਨੂੰ ਕਾਇਲ ਕਰ ਦਿੰਦਾ ਹੈ। ਹੀਬਰੂ ਚੈਪਟਰ 4 ਵਰਸ 12, ਹੀਬਰੂ ਚੈਪਟਰ 4 ਵਰਸ 12, ਤਾਲਬ ਸਾਹਿਬ ਅਗਰ ਕੱਢ ਲਿਆ ਤਾਂ ਤੁਸੀਂ ਪੜ੍ਹ ਦਿਓ। ਵਰਸ 12, ਚੈਪਟਰ 4 ਵਰਸ 12। ਓਕੇ, ਪ੍ਰਭੂ ਦੇ ਕਲਾਮ 'ਚ ਦੇਖਾਂਗੇ ਹੁਣ, ਕਿਉਂ ਜੋ ਪਰਮੇਸ਼ਵਰ ਦਾ ਬਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਜੀਵ ਅਤੇ ਆਤਮਾ ਨੂੰ ਬੰਦ ਬੰਦ ਅਤੇ ਗੁਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ ਅਤੇ ਮਨ ਦੀਆਂ ਚਾਹਵਾਂ ਵਿਚਾਰਾਂ ਨੂੰ, ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਆਮੀਨ। ਤੋ ਅਸੀਂ ਇੱਥੇ ਦੇਖਦੇ ਹਾਂ ਕਿ ਪਾਲੂਸ ਰਸੂਲ ਇਸ ਬਾਈਬਲ ਦੀ ਸਿਫਤ ਕਰ ਰਿਹਾ,
ਦੱਸ ਰਿਹਾ ਕਿ ਬਾਈਬਲ ਦੇ ਗੁਣ ਕੀ ਆ। ਅੱਛਾ ਤਾਲਬ ਸਾਹਿਬ, ਤਲਵਾਰ ਦਾ ਕੰਮ ਕੀ ਆ? ਤਲਵਾਰ ਕੀ ਕਰਦੀ ਆ? ਤਲਵਾਰ ਜਿੱਥੇ ਵੀ ਲਾਈ ਜਾਂਦੀ, ਤਲਵਾਰ ਦਾ ਜਿਹੜਾ ਵਰਕ ਆ ਉਹ ਕੀ ਆ? ਤਲਵਾਰ ਵੱਢਦੀ ਆ? ਵੱਢਦੀ ਆ, ਕੱਟਦੀ ਆ? ਕੱਟਦੀ ਆ, ਹਾਂਜੀ। ਠੀਕ ਹੈ, ਤੋ ਤਲਵਾਰ ਦੇ ਵੱਢਣ ਕੱਟਣ ਨਾਲ ਬੰਦਾ ਬਰਬਾਦ ਹੋ ਜਾਂਦਾ, ਹਾਂਜੀ। ਠੀਕ ਹੈ ਜੀ, ਲੇਕਿਨ ਬਾਈਬਲ ਦੀ ਤੁਲਨਾ ਇੱਕ ਤਲਵਾਰ ਨਾਲ ਕੀਤੀ ਗਈ, ਦੋ ਧਾਰੀ ਤਲਵਾਰ। ਉਹਦਾ ਮਤਲਬ ਇਹ ਆ ਕਿ ਬਾਈਬਲ ਇੱਕ ਤਲਵਾਰ ਨਾਲੋਂ ਵੀ ਤੇਜ਼ ਧਾਰ ਹੈ, ਹਾਂਜੀ। ਠੀਕ ਹੈ, ਹਾਂਜੀ। ਤੋ ਕਹਿੰਦਾ ਆ ਕਿ ਇਹ ਵਚਨ ਜਿਹੜਾ ਜਿਉਂਦਾ ਆ ਤੇ ਗੁਣਕਾਰ, ਹਰ ਇੱਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਔਰ ਬੰਦ ਬੰਦ ਅਤੇ ਗੁੱਦੇ ਨੂੰ ਅੱਡ ਅੱਡ ਕਰਕੇ ਵਿੰਨ ਸੁੱਟਦਾ। ਜਾਣੀ ਕਿ ਜਦੋਂ ਪਰਮੇਸ਼ਵਰ ਦੀ ਤਲਵਾਰ ਸਾਡੇ ਦਿਲਾਂ 'ਤੇ ਵੱਜਦੀ ਆ, ਦਿਮਾਗ 'ਤੇ ਵੱਜਦੀ ਆ, ਜੋ ਦਿਮਾਗ ਦੀ ਮੈਲ ਹੈ, ਜੋ ਦਿਮਾਗ ਦੇ ਵਿੱਚ ਬੁਰਾਈ ਹੈ, ਔਰ ਉਸਨੂੰ ਇਹ ਕੱਟ ਦਿੰਦੀ ਆ, ਜਿਸ ਤਰ੍ਹਾਂ ਕਿ ਡਾਕਟਰ ਓਪਰੇਸ਼ਨ ਕਰਦਾ ਆ, ਔਰ ਉਹ ਵੀ ਤੇਜ਼ ਧਾਰ ਨਾਲ ਹੀ ਓਪਰੇਸ਼ਨ ਕਰਦਾ ਆ, ਔਰ ਇਸੇ ਤਰ੍ਹਾਂ ਖੁਦਾ ਦਾ ਕਲਾਮ ਸਾਡੇ ਜ਼ਿੰਦਗੀਆਂ 'ਚ ਓਪਰੇਸ਼ਨ ਕਰਦਾ ਆ ਔਰ ਬੁਰਾਈ ਨੂੰ ਕੱਟ ਦਿੰਦਾ ਹੈ ਔਰ ਖਤਮ ਕਰ ਦਿੰਦਾ ਹੈ ਔਰ ਸਾਨੂੰ ਜਿਉਂਦਿਆਂ ਰੱਖਦਾ ਹੈ। ਆਮੇਨ, ਆਮੇਨ, ਆਮੇਨ। ਤੋ ਕਹਿੰਦਾ ਉਹਨੂੰ ਅੱਡ ਅੱਡ ਕਰ ਦਿੰਦਾ ਹੈ ਗੁੱਦੇ ਨੂੰ ਅਤੇ ਮਨ ਦੀਆਂ ਭਾਵਨਾਵਾਂ ਨੂੰ ਤੇ ਧਾਰਾਵਾਂ ਨੂੰ ਜਾਂਚ ਲੈਂਦਾ। ਯੈਸ, ਫਿਰ ਦੱਸਿਆ ਗਿਆ ਆ ਕਿ ਇੱਕ ਹੋਰ ਸਿੰਬਲ ਦੱਸਿਆ ਗਿਆ, ਹੈਮਰ। ਤੋ ਤਾਲਬ ਸਾਹਿਬ, ਹੈਮਰ ਦਾ ਕੀ ਕੰਮ, ਥੋੜੇ ਦਾ ਕੀ ਕੰਮ? ਥੋੜੇ ਦਾ ਕੰਮ ਹੈ, ਵਟ ਇਜ਼ ਦਾ ਵਰਕ ਆਫ ਹੈਮਰ? ਥੋੜੇ ਦਾ ਕੀ ਕੰਮ? ਥੋੜੇ ਦਾ ਕੰਮ ਤੋੜਨਾ, ਤੋੜਨਾ। ਜਿੱਥੇ ਥੋੜਾ ਮਾਰੋਗੇ ਉਹ ਕੀ ਹੋ ਜਾਊਗਾ? ਟੁੱਟ ਜਾਊਗਾ, ਅੱਡੋ ਅੱਡ। ਜੇ ਪੱਥਰ ਤੇ ਮਾਰਿਆ ਤਾਂ ਉਹ ਵੀ ਚੂਰ ਚੂਰ ਹੋ ਜਾਊਗਾ, ਚਟਾਨ ਤੇ ਮਾਰੋਗੇ ਉਹ ਵੀ ਟੁੱਟ ਜਾਏਗੀ। ਯੈਸ, ਔਰ ਫਿਰ ਇਸੇ ਤਰ੍ਹਾਂ ਖੁਦਾ ਦਾ ਕਲਾਮ ਹੈ, ਖੁਦਾ ਦੇ ਕਲਾਮ ਦਾ ਹਥੌੜਾ ਜਦੋਂ ਮਸੀਹਾਂ ਤੇ ਪੈਂਦਾ ਹੈ ਜਿਹੜੇ ਉੱਤੇ ਵਿਸ਼ਵਾਸ ਕਰਦੇ ਨੇ। ਯੈਸ, The Bible is the powerful and break the resistance of the hearer. Hallelujah. Yes. Kehnda ke Bible jehda aya oh ek powerful vachan hai. Power, kyunki sada Khudavand Almighty God sariyan poweran da malik. To ਇਹ ਜਦੋਂ ਕਲਾਮ ਦਾ ਹਥੌੜਾ ਸਾਡੇ ਤੇ ਵੱਜਦਾ ਆ ਤੇ ਜਿਹੜੇ ਸਾਡੇ ਦਿਲ ਕਠੋਰ ਹੋਏ ਹੁੰਦੇ ਨੇ, ਯੈਸ, ਉਹਨਾਂ ਨੂੰ ਚੱਕਣਾ ਚੂਰ ਕਰ ਦਿੰਦਾ, ਨਰਮ ਕਰ ਦਿੰਦਾ, ਯੈਸ, ਤੀਸ ਦਿੰਦਾ, ਯੈਸ। ਆ ਕਿਉਂਕਿ ਬਾਈਬਲ ਕਹਿੰਦੀ ਆ ਕਿ ਮੈਂ ਤੁਹਾਡੇ ਪੱਥਰ ਦਿਲ ਨੂੰ ਕੱਢ ਕੇ ਤੇ ਮਾਸ ਦਾ ਦਿਲ ਪਾ ਦੇਵਾਂਗਾ। ਹੈਲੇਲੂਇਆ, ਹੈਲੇਲੂਇਆ। ਤੋ ਜਰਮਾਇਆ ਚੈਪਟਰ 23 ਵਰਸ 29, ਜਰਮਾਇਆ 23 ਵਰਸ 29, ਇਹਦਾ ਸੈਕਿੰਡ ਪਾਰਟ ਮੈਂ 'ਚ ਲਿਖਿਆ ਹੋਇਆ ਹੈ। ਪਹਿਲਾ ਪਾਰਟ ਕੀ ਮੇਰਾ ਵਚਨ ਅੱਗ ਦੀ ਤਰ੍ਹਾਂ ਨਹੀਂ, ਦੂਜਾ ਪਾਰਟ ਲਿਖਿਆ ਕੀ ਮੇਰਾ ਵਚਨ ਹਥੌੜੇ ਵਾਂਗੂ ਜਿਹੜਾ ਚਟਾਨ ਨੂੰ ਚੂਰ ਚੂਰ ਕਰ ਸੁੱਟਦਾ ਹੈ, ਕੀ ਮੇਰਾ ਵਚਨ ਉਸ ਹਥੌੜੇ ਵਰਗਾ ਨਹੀਂ? ਸੋ ਜਿੱਥੇ ਕਲਾਮ ਦਾ ਹਥੌੜਾ ਪਏਗਾ ਉਹ ਸਾਨੂੰ ਨਾਸ਼ ਤਾਂ ਨਹੀਂ ਕਰੇਗਾ, ਲੇਕਿਨ ਸਾਡੀ ਰਜਿਸਟੈਂਸ ਨੂੰ ਤੋੜਦਾ ਹੈਗਾ। ਯੈਸ, ਉਹ ਸਾਡੇ ਪੱਥਰ ਦਿਲ ਨੂੰ ਪਗੜਾ ਦੇਗਾ ਔਰ ਅਸੀਂ ਖੁਦਾ ਦੇ ਵੱਲ ਰਜੂ ਲਾਵਾਂਗੇ। ਔਰ ਤੀਸਰੀ ਗੱਲ ਦੇਖਦੇ ਹਾਂ, ਇਹ ਸੀਡ ਇੱਕ ਬੀਜ ਦੀ ਤਰ੍ਹਾਂ ਹੈ,
ਔਰ ਤੁਸੀਂ ਪੜ੍ਹਦੇ ਹੋ ਸਾਲ ਸਭ ਜੇ ਕੱਢਿਆ ਤੇਈ ਜਰਮਾਇਆ ਤੇਈ ਦੀ 29 ਪੜ੍ਹੋ 29 ਓਕੇ 23 ਦੀ 29 ਓਕੇ ਕੀ ਕੀ ਮੇਰਾ ਬਚਨ ਅੱਗ ਵਾਂਗੂ ਨਹੀਂ ਹੈ ਕੀ ਮੇਰਾ ਬਚਨ ਅੱਗ ਵਾਂਗੂ ਨਹੀਂ ਹੈ ਯਹੋਵਾ ਦਾ ਵਾਕ ਹੈ ਬਸ ਯਹੋਵਾ ਦਾ ਵਾਕ ਹੈ ਕੀ ਮੇਰਾ ਬਚਨ ਅੱਗ ਵਾਂਗੂ ਨਹੀਂ ਪਹਿਲਾ ਪਾਰਟ ਅਸੀਂ ਦੂਸਰਾ ਪਾਰਟ ਅਸੀਂ ਪੜ੍ਹ ਚੁੱਕੇ ਹਾਂ ਕੀ ਮੇਰਾ ਬਚਨ ਹਥੌੜਾ ਨਹੀਂ ਸੋ ਇਸੇ ਆਇਤ ਦੇ ਵਿੱਚ ਦੋ ਚੀਜ਼ਾਂ ਨੂੰ ਜ਼ਿਕਰ ਕੀਤਾ ਗਿਆ ਬੀਜ ਅੱਛਾ ਵਟ ਇਜ਼ ਦਾ ਵਰਕ ਆਫ ਸੀਡ ਬੀਜ ਦਾ ਕੀ ਕੰਮ ਆ ਤਾਲਬ ਸਾਹਿਬ ਹਾਂਜੀ ਬੀਜ ਦਾ ਕੀ ਕੰਮ ਆ ਬੀਜ ਜਿਹੜਾ ਇੱਕ ਬੀਜ ਬੀਜਾਂ ਦਾ ਉਹ ਫਲ ਲਿਆਉਂਦਾ ਨਹੀਂ ਇੱਕ ਬੀਜ ਜਿਹੜਾ ਆ ਜਦੋਂ ਮਿੱਟੀ ਦੇ ਵਿੱਚ ਦਬਾਇਆ ਜਾਂਦਾ ਹੈ ਤਾਂ ਕੀ ਕਰਦਾ ਹੈ ਉਹ ਜਰਮੀਨੇਟ ਹੁੰਦਾ ਉਹਦੀਆਂ ਕੁੰਬਲਾਂ ਨਿਕਲਦੀਆਂ ਫਿਰ ਉਹਦਾ ਪੌਦਾ ਬਣਦਾ ਫਿਰ ਉਹਦਾ ਪੇੜ ਬਣਦਾ ਤੋ ਅਸੀਂ ਇੱਥੇ ਦੇਖਦੇ ਜਿਹੜਾ ਬੀਜ ਆ ਦਾ ਬਾਈਬਲ ਇਜ਼ ਦਾ ਲਿਵਿੰਗ ਵਰਡ ਯੈਸ ਰੀਜਨਰੇਟਿੰਗ ਦਾ ਹੀਰ ਪੁੰਨ ਜੀਵਨ ਦਾਨ ਕਰਦਾ ਇਨਸਾਨ ਯੈਸ ਇਹ ਜਿਹੜਾ ਖੁਦਾ ਦਾ ਕਲਾਮ ਦਾ ਜਿਹੜਾ ਬੀਜ ਆ ਉਹ ਸਾਡੇ ਜੀਵਨ ਦੇ ਵਿੱਚ ਤਬਦੀਲੀ ਲਿਆਉਂਦਾ ਹੈ ਉੱਗਦਾ ਹੈ ਯੈਸ ਵੱਧਦਾ ਹੈ ਯੈਸ ਤੋ ਬਾਈਬਲ ਇੱਕ ਜੀਵਤ ਵਚਨ ਹੈ ਜੋ ਸੁਣਨੇ ਵਾਲੇ ਨੂੰ ਨਵ ਜੀਵਨ ਪ੍ਰਦਾਨ ਕਰਦਾ ਹੈ ਪਹਿਲਾ ਪਤਰਸ ਉਹਦਾ ਇੱਕ ਬਾਪ ਉਹਦੀ ਤਾਈ ਐਚ ਪਹਿਲਾ ਪਤਰਸ ਇੱਕ ਬਾਪ ਤਾਈ ਐਚ ਲਿਖਿਆ ਕਿਉਂ ਜੋ ਤੁਸੀਂ ਫਾਨੀ ਤੁਖਮ ਤੋਂ ਨਹੀਂ ਗੈਰ ਫਾਨੀ ਤੁਖਮ ਤੋਂ ਸਗੋਂ ਅਵਨਾਸੀ ਵੀ ਤੁਖਮ ਤੋਂ ਪਰਮੇਸ਼ੁਰ ਦੇ ਵਚਨ ਰਾਹੀਂ ਜਿਹੜਾ ਜਿਉਂਦਾ ਅਤੇ ਸਥਿਰ ਹੈ ਨਵੇਂ ਸਿਰਿਓਂ ਜਨਮੇ ਹੋ ਹੈਲੇਲੂਯਾ ਕਿਉਂਕਿ ਤੁਸੀਂ ਨਾਸ਼ਵਾਨ ਬੀਜ ਉਹ ਬੀਜ ਨਹੀਂ ਜਿਹੜਾ ਨਾਸ਼ ਕਰਦਾ ਹੈ ਬਲਕਿ ਅਵਨਾਸ਼ੀ ਬੀਜ ਤੋਂ ਪਰਮੇਸ਼ੁਰ ਦੇ ਵਚਨ ਦੇ ਰਾਹੀਂ ਜਿਹੜਾ ਜਿਉਂਦਾ ਹੈ ਪਰਮੇਸ਼ੁਰ ਦਾ ਵਚਨ ਕੀ ਆ ਜਿਉਂਦਾ ਅਸੀਂ ਮਰੇ ਵਚਨ ਨੂੰ ਨਹੀਂ ਪੜ੍ਹਦੇ ਜਿਉਂਦੇ ਵਚਨ ਨੂੰ ਪੜ੍ਹਦੇ ਅਤੇ ਜਿਹੜਾ ਸਥਿਰ ਹੈ ਜਿਹੜਾ ਸਦਾ ਕਾਇਮ ਰਹਿੰਦਾ ਜੋ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਭਵਿੱਖਬਾਣੀਆਂ ਜਾਂਦੀਆਂ ਰਹਿਣਗੀਆਂ ਬੋਲੀਆਂ ਜਾਂਦੀਆਂ ਰਹਿਣਗੀਆਂ ਪਰ ਮੇਰਾ ਕਲਾਮ ਕਦੇ ਨਹੀਂ ਟਲੇਗਾ ਉਹ ਹਮੇਸ਼ਾ ਸਥਿਰ ਰਹੇਗਾ ਸੋ ਇਸ ਲਈ ਅਸੀਂ ਦੇਖਦੇ ਹਾਂ ਕਿ ਖੁਦਾ ਦਾ ਕਲਾਮ ਇੱਕ ਬੀਜ ਦੀ ਤਰ੍ਹਾਂ ਜੋ ਸਾਡੀ ਰੂਹਾਨੀ ਜ਼ਿੰਦਗੀ ਨੂੰ ਵਧਾਉਂਦਾ ਹੈ ਚੌਥੀ ਗੱਲ ਇਹ ਮਿਰਰ ਕਿੰਨੇ ਲੋਕ ਜਿਹੜੇ ਆ ਮਿਰਰ ਦੇਖਦੇ ਆ ਮਿਰਰ ਸ਼ੀਸ਼ਾ ਸਾਰੇ ਸਵੇਰ ਨੂੰ ਉੱਠ ਕੇ ਸਾਰੇ ਦੇਖਦੇ ਔਰ ਸ਼ੀਸ਼ਾ ਕਦੀ ਝੂਠ ਬੋਲਦਾ ਨਹੀਂ ਸ਼ੀਸ਼ਾ ਉਹ ਹੀ ਦੱਸਦਾ ਜੋ ਤੁਸੀਂ ਹੋ ਸ਼ੀਸ਼ਾ ਕਿਸੇ ਹੋਰ ਦੇ ਰੂਪ ਨੂੰ ਨਹੀਂ ਦੱਸਦਾ ਸ਼ੀਸ਼ਾ ਤੁਹਾਡੇ ਰੂਪ ਨੂੰ ਦੱਸਦਾ ਜਿਸ ਨੂੰ ਦਰਪਣ ਵੀ ਕਹਿੰਦੇ ਆ ਆਇਨਾ ਵੀ ਕਹਿੰਦੇ ਆ ਸ਼ੀਸ਼ਾ ਵੀ ਕਹਿੰਦੇ ਆ ਮਿਰਰ ਵੀ ਕਹਿੰਦੇ ਆ ਠੀਕ ਹੈ ਉਹ ਤੁਹਾਡੇ ਅਸਲੀ ਰੂਪ ਨੂੰ ਦੱਸਦਾ ਆ ਔਰ ਬਾਈਬਲ ਇਜ਼ ਏ ਫੇਥਫੁਲ ਵਰਡ ਰਿਵੀਲ ਦਾ ਇੰਡੀਵਿਜੁਅਲ ਟੂ ਹਿਮਸੈਲਫ ਕਹਿੰਦਾ ਜਿਹੜਾ ਇੱਕ ਮਿਰਰ ਆ ਉਹ ਬਾਈਬਲ ਇੱਕ ਵਿਸ਼ਵਾਸ ਯੋਗ ਆ ਵਚਨ ਹੈ ਜੋ ਵਿਅਕਤੀ ਦੀ ਵਾਸਤਵਿਕਤਾ ਜਾਣੀ ਬਸ ਇਨਸਾਨ ਦੀ ਅਸਲੀਅਤ ਜਦੋਂ ਉਹ ਸ਼ੀਸ਼ੇ ਵਿੱਚ ਦੇਖਦਾ ਤਾਂ ਉਹਨੂੰ ਯਾਰ ਕਰਦਾ ਆ ਤੋ ਇਹਦੇ ਵਿੱਚ ਅਸੀਂ ਪੜ੍ਹਾਂਗੇ ਖੁਦਾ ਦੇ ਕਲਾਮ 'ਚੋਂ ਤੋ ਜਿਹਦੇ ਵਿੱਚ ਲਿਖਿਆ ਇੱਕ ਬਾਪ ਉਹਦੀ ਜੇਮਸ ਦੀ ਪੱਤਰੀ ਇੱਕ ਬਾਪ ਉਹਦੀ 23 ਤੋਂ 25 ਤੁਸੀਂ ਆਪਣੇ ਘਰਾਂ 'ਚ ਪੜ੍ਹ ਸਕਦੇ ਹੋ
ਬਾਈਬਲ ਦੀ ਸਮਾਨਤਾ ਦਰਪਣ ਯਾਨੀ ਸ਼ੀਸ਼ੇ ਨਾਲ ਕਰਦਾ ਹੈ, ਜਿਸ ਤੋਂ ਪਾਪੀ ਜਾਂ ਸੰਤ ਆਪਣਾ ਸੁਭਾਵਕ ਪ੍ਰਤੀਬਿੰਬ ਦੇਖਦਾ ਹੈ, ਜਿਸ ਤਰ੍ਹਾਂ ਖੁਦ ਪ੍ਰਭੂ ਦੇ ਚਰਿੱਤਰ ਕੀਤਾ ਸੀ। ਤੋ ਅਸੀਂ ਇੱਥੇ ਦੇਖਦੇ ਹਾਂ ਕਿ ਜਦੋਂ ਅਸੀਂ ਸ਼ੀਸ਼ੇ ਦੇ ਵਿੱਚ ਦੇਖਦੇ ਹਾਂ ਤਾਂ ਅਸੀਂ ਆਪਣੇ ਸੁਭਾਵਕ ਆਪਣੇ ਇੰਡੀਵਿਜੁਅਲ ਚਿਹਰੇ ਨੂੰ ਦੇਖਦੇ ਹਾਂ। ਯੈਸ, ਅਸੀਂ ਕੀ ਹਾਂ, ਔਰ ਇਹ ਜਿਹੜਾ ਸ਼ੀਸ਼ਾ ਹੈ ਕਦੇ ਝੂਠ ਨਹੀਂ। ਇਹ ਖੁਦਾ ਦਾ ਕਲਾਮ ਜੋ ਹੈ ਸ਼ੀਸ਼ੇ ਦੀ ਤਰ੍ਹਾਂ ਵਫਾਦਾਰ ਹੈ। ਹਾਲੇਲੂਇਆ ਆਮੇਨ। ਔਰ ਅਸੀਂ ਪੰਜਵੀਂ ਗੱਲ ਇਹ ਦੇਖਦੇ ਹਾਂ, ਫਾਇਰ। ਫਾਇਰ, ਬਾਈਬਲ ਇਜ਼ ਦਾ ਵਰਮਿੰਗ ਵਰਲਡ ਕੰਜਿਊਮਿੰਗ ਦਾ ਡਰੋਸ ਇਨ ਦਾ ਹੇਅਰ। ਹਾਂਜੀ, ਮੈਂ ਤੁਹਾਡੇ ਕੋਲ ਪੁੱਛਿਆ ਸੀ, ਸਵਾਲ ਪੁੱਛਿਆ ਸੀ ਆਪਣਾ ਤਾਲਬ ਸਾਹਿਬ। ਹਾਂਜੀ, ਅੱਗ ਦਾ ਕੰਮ ਕੀ ਆ, ਵਟ ਇਜ਼ ਦਾ ਵਰਕ ਆਫ ਦਾ ਫਾਇਰ? ਅੱਗ ਕੀ ਕਰਦੀ? ਅੱਗ ਕਰਦੀ, ਸਾੜ ਦਿੰਦੀ ਆ। ਅੱਗ ਜਿਹੜੀ ਹੈ ਸਾੜ ਦਿੰਦੀ ਆ, ਬਰਬਾਦ ਕਰ ਦਿੰਦੀ, ਬਰਬਾਦ ਕਰ ਦਿੰਦੀ। ਹਾਂਜੀ, ਅਤੇ ਜਿਹੜੀ ਖੁਦਾ ਦੀ ਅੱਗ ਉਹ ਭਸਮ ਕਰਦੀ, ਉਹ ਭਸਮ ਕਰਦੀ, ਉਹ ਵਿਨਾਸ਼ ਨਹੀਂ ਕਰਦੀ, ਡਿਸਟਰੋਏ ਨਹੀਂ ਕਰਦੀ। ਜਦੋਂ ਲੋਕ ਕੁਰਬਾਨੀਆਂ ਚੜਾਉਂਦੇ ਸੀ ਬੇਦੀ ਬਣਾ ਕੇ, ਤੇ ਅਸਮਾਨ ਤੋਂ ਅੱਗ ਆਉਂਦੀ ਸੀ, ਉਸਨੂੰ ਚੱਟ ਕਰ ਦਿੰਦੀ ਸੀ। ਯੈਸ, ਸਾੜਦੀ ਨਹੀਂ ਸੀ। ਯੈਸ, ਉਹ ਉਸਨੂੰ ਕਬੂਲ ਕਰਦਾ। ਇਸੇ ਤਰ੍ਹਾਂ ਜਿਹੜੀ ਅੱਗ ਆ, ਦਾ ਬਾਈਬਲ ਇਜ਼ ਦਾ ਬਰਨਿੰਗ ਵਰਲਡ ਯੈਸ ਕੰਜਿਊਮਿੰਗ ਦਾ ਡਰੋਸ ਇਨ ਦਾ ਹੇਅਰ। ਯਾਨੀ ਕਿ ਇਹ ਸਾਡੇ ਜਦੋਂ ਭੱਠੀ ਦੇ ਵਿੱਚ ਸੋਨਾ ਪਾਇਆ ਜਾਂਦਾ ਆ, ਅਤੇ ਸੁਨਿਆਰਾ ਜਿਹੜਾ ਆ ਉਹ ਸੋਨੇ ਨੂੰ ਪਾਰ ਪਾਰ ਉਸ ਭੱਠੀ 'ਚ ਪਾ ਕੇ ਉਹਦੇ ਕੋਹਨੂੰ ਕੀ ਕਰਦਾ, ਹੋਰ ਚਮਕਾਉਂਦਾ, ਹੋਰ ਚਮਕਾਉਂਦਾ। ਪਰ ਖੁਦਾ ਦੇ ਲੋਕ ਜਿਹੜੇ ਆ ਉਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਯੈਸ ਕੀ ਕਰਦੇ ਆ, ਭਸਮ ਨਹੀਂ ਹੁੰਦੇ, ਬਰਬਾਦ ਨਹੀਂ ਹੁੰਦੇ, ਬਲਕਿ ਖਾਲਸ ਹੋ ਜਾਂਦੇ ਨੇ। ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਇਹ ਖਾਲਸ, ਜਦੋਂ ਅਸੀਂ ਖਾਲਸ ਵੀ ਸਾਨੂੰ ਬਣਾਉਂਦਾ ਹੈ, ਤੋ ਅਸੀਂ ਇਹਦੇ ਵਿੱਚ ਇਹ ਦੇਖਦੇ ਹਾਂ ਕਿ ਖੁਦਾ ਦਾ ਕਲਾਮ ਇੱਕ ਅੱਗ ਵਰਗਾ ਹੈ। ਔਰ ਜਰਮਾਇਆ ਦੀ ਪੁਸਤਕ 23:29 'ਚ ਲਿਖਿਆ ਕਿ ਮੇਰਾ ਵਚਨ ਅੱਗ ਵਾਂਗੂ ਨਹੀਂ। ਤੋ ਅਸੀਂ 6ਵੀਂ ਗੱਲ 'ਚ ਦੇਖਦੇ ਹਾਂ, ਇਹ ਲੈਂਪ, ਖੁਦਾ ਦਾ ਵਚਨ ਇੱਕ ਦੀਵੇ ਦਾ, ਲਾਲਟੈਨ ਦਾ ਜਾਂ ਬਲਬ ਦਾ ਕੰਮ ਕਰਦਾ ਹੈ। ਦਾ ਬਾਈਬਲ ਇਜ਼ ਐਨ ਇਲੀਮੀਨੇਟਿੰਗ ਵਰਲਡ ਗਾਈਡਿੰਗ ਦਾ ਬਲੀਵਰ ਡੇ ਬਾਈ ਡੇ। ਬਾਈਬਲ ਇੱਕ ਪ੍ਰਕਾਸ਼ ਦੇਣ ਵਾਲਾ ਵਚਨ ਹੈ। ਬਾਈਬਲ ਸਾਡੀਆਂ ਜ਼ਿੰਦਗੀਆਂ ਨੂੰ ਰੋਸ਼ਨ ਕਰਦਾ ਹੈ। ਯੈਸ, ਬਾਈਬਲ ਸਾਡੀਆਂ ਜ਼ਿੰਦਗੀਆਂ ਨੂੰ ਚਮਕਾਉਂਦਾ ਹੈ। ਯੈਸ, ਬਾਈਬਲ ਸਾਡੀ ਜ਼ਿੰਦਗੀ ਦੇ ਅੰਧੇਰੇ ਨੂੰ ਦੂਰ ਕਰਦਾ ਹੈ। ਔਰ ਬਾਈਬਲ ਜਿਹੜੀ ਆ ਸਾਡੀ ਜ਼ਿੰਦਗੀ ਨੂੰ ਅੱਛਾ ਰਸਤਾ ਦਿਖਾਉਂਦਾ ਹੈ। ਹਾਲੇਲੂਇਆ। ਔਰ ਗਾਈਡਿੰਗ ਦਾ ਬਲੀਵਰ ਡੇ ਬਾਈ ਡੇ। ਬਾਈਬਲ ਇੱਕ ਪ੍ਰਕਾਸ਼ ਦੇਣ ਵਾਲਾ ਵਚਨ ਹੈ। ਵਿਸ਼ਵਾਸੀ ਦਾ ਦਿਨ ਪ੍ਰਤੀ ਦਿਨ ਮਾਰਗ ਦਰਸ਼ਨ ਕਰਦਾ ਹੈ। ਜ਼ਬੂਰ 119 ਔਰ ਉਹਦੀ 105 ਆਇਤ 'ਚ ਲਿਖਿਆ ਆ ਕਿ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਲਈ ਚਾਨਣ ਹੈ। ਤੋ ਇਹ ਜਿਹੜਾ ਵਚਨ ਹੈ ਅਸੀਂ ਸਾਡੇ ਸਭ ਦੇ ਲਈ ਕੀ ਆ, ਸਾਡੇ ਪੈਰਾਂ ਦੇ ਲਈ ਦੀਪਕ ਆ ਔਰ ਸਾਡੇ ਰਾਹ ਦੇ ਲਈ ਰੋਸ਼ਨੀ ਹੈ, ਰੋਸ਼ਨੀ ਹੈ। ਔਰ ਇਹ ਵਚਨ ਸਾਡੀ ਹਨੇਰੀ ਜ਼ਿੰਦਗੀਆਂ ਨੂੰ, ਬਰਬਾਦੀ ਦੀ ਜ਼ਿੰਦਗੀ ਨੂੰ ਰੋਸ਼ਨ ਕਰਦਾ ਹੈ। ਹਾਲੇਲੂਇਆ। ਔਰ ਸਾਨੂੰ ਹਨੇਰੇ ਚੋਂ ਬਾਹਰ ਕੱਢ ਕੇ ਆਪਣੀ ਅਦਭੁਤ ਜੋਤੀ ਚ ਲੈ ਆਉਂਦਾ, ਆਪਣੀ ਰੋਸ਼ਨੀ ਚ ਲੈ, ਕਿਉਂਕਿ
ਯੱਸੂ ਦੁਨੀਆ ਦੀ ਰੋਸ਼ਨੀ ਹੈ, ਯੱਸੂ ਦੁਨੀਆ ਦਾ ਨੂਰ ਹੈ, ਯੱਸੂ ਦੁਨੀਆ ਦਾ ਚਮਕਣੇ ਵਾਲਾ ਇੱਕ ਸਤਾਰਾ ਹੈ। ਤੋ ਅਸੀਂ ਇੱਥੇ ਦੇਖਦੇ ਹਾਂ ਯੱਸੂ ਦੁਨੀਆ ਦਾ ਨੂਰ ਹੈ, ਯੱਸੂ ਦੁਨੀਆ ਦੀ ਜੋਤੀ ਹੈ, ਜੀਸਸ ਇਜ਼ ਦਾ ਲਾਈਟ ਆਫ ਦਾ ਵਰਲਡ। ਯੱਸੂ ਜਿਹੜਾ ਹੈ ਉਹ ਦੁਨੀਆ ਦਾ ਕੀ ਹੈ? ਨੂਰ ਹੈ। ਦੁਨੀਆ ਦਾ ਕੀ ਹੈ? ਨੂਰ ਹੈ। ਤੋ ਉਹ ਦੁਨੀਆ ਦਾ ਨੂਰ ਜਿਹੜਾ ਹੈ ਉਹ ਸਾਡੀ ਜ਼ਿੰਦਗੀਆਂ 'ਚ ਵੀ ਚਮਕਦਾ ਹੈ। ਜੀਸਸ ਇਜ਼ ਦਾ ਲਾਈਟ ਆਫ ਦਾ ਵਰਲਡ, ਲਾਈਟ ਆਫ ਦਾ ਵਰਲਡ। ਯੈਸ। ਤੋ ਅਸੀਂ ਇਸ ਲਾਈਟ ਦੇ ਵਿੱਚ, ਯੱਸੂ ਦੀ ਲਾਈਟ ਵਿੱਚ ਚੱਲਣਾ। ਲਾਸਟ ਨਾਟ ਦਾ ਲੀਸਟ, ਇਹ ਫੂਡ। ਅੱਛਾ ਤਾਲਬ ਸਾਹਿਬ, ਹਾਂਜੀ, ਤੁਸੀਂ ਇੱਕ ਹਫ਼ਤਾ ਰੋਟੀ ਨਾ ਖਾਓ ਤਾਂ ਕੀ ਵਾਪਰੇਗਾ? ਸਾਡਾ ਕੀ ਹੋਏਗਾ? ਇੱਕ ਟਾਈਮ ਦੀ ਰੋਟੀ ਨਹੀਂ ਖਾਂਦੇ ਤਾਂ ਜਾਨ 'ਤੇ ਬਲ ਜਾਂਦੀ ਹੈ। ਯੈਸ। ਦਿਨ 'ਚ 3 ਵਾਰੀ ਆਮ ਲੋਕ ਰੋਟੀ ਖਾਂਦੇ ਨੇ ਜੀ, ਕੁਛ ਲੋਕ 2 ਵਾਰੀ ਖਾਂਦੇ ਨੇ ਜੀ, ਕੁਛ ਲੋਕ 4 ਵਾਰੀ ਵੀ ਖਾਂਦੇ ਨੇ, ਪਰ ਆਮ ਲੋਕ 2 ਜਾਂ 3 ਵਾਰੀ ਜ਼ਰੂਰ ਖਾਂਦੇ ਨੇ ਖਾਣਾ। ਪਰ ਇਹ ਜੇ ਇੱਕ ਦਿਨ ਖਾਣਾ ਨਾ ਖਾਈਏ ਤਾਂ ਕੀ ਵਾਪਰਦਾ? ਬੰਦਾ ਕਾਫੀ ਪਰੇਸ਼ਾਨ ਹੋ ਜਾਂਦਾ। ਤੇ ਜੇ 7 ਦਿਨ ਖਾਣਾ ਨਾ ਖਾਈਏ ਤਾਂ ਫਿਰ ਤਾਂ ਉਹ ਕਮਜ਼ੋਰ ਹੋ ਜਾਵਾਂਗੇ, ਬਿਮਾਰ ਹੋ ਜੂ, ਕਮਜ਼ੋਰ ਹੋ ਜੂਗਾ, ਕਮਜ਼ੋਰ। ਤੇ ਜੇ 40 ਦਿਨ ਨਾ ਖਾਵਾਂਗੇ ਤਾਂ ਬਿਮਾਰ ਹੋ ਕੇ ਮਰ ਜਾਵਾਂਗੇ। ਹਾਂਜੀ। ਤੇ ਜੇ ਜਿਸਮਾਨੀ ਖਾਣਾ ਇੰਨਾ ਜ਼ਰੂਰੀ ਹੈ ਤੇ ਰੂਹਾਨੀ ਖਾਣਾ ਵੀ ਤਾਂ ਜ਼ਰੂਰੀ ਹੈ ਨਾ? ਬਹੁਤ ਜ਼ਰੂਰੀ। ਇਹ ਬਾਈਬਲ ਸਾਡੀ ਰੂਹਾਨੀ ਖੁਰਾਕ ਹੈ ਜੀ। ਅਗਰ ਇਸ ਨੂੰ ਅਸੀਂ ਨਹੀਂ ਖਾਵਾਂਗੇ ਤਾਂ ਅਸੀਂ ਆਤਮਕ ਤੌਰ ਨਾਲ ਕਮਜ਼ੋਰ ਹੋ ਜਾਵਾਂਗੇ। ਹਾਂਜੀ। ਲਗਾਤਾਰ ਨਹੀਂ ਖਾਵਾਂਗੇ ਤੇ ਆਤਮਕ ਤੌਰ ਨਾਲ ਮਰ ਜਾਵਾਂਗੇ, ਸਪਿਰਚੁਅਲ ਡੈਥ ਹੋ ਜਾਏਗੀ। ਯੈਸ। ਸੋ ਇਸ ਲਈ ਇਹ ਜਿਹੜੀ ਬਾਈਬਲ ਆ, ਇਹ ਸਾਡਾ ਇੱਕ ਪੌਸ਼ਟਿਕ ਭੋਜਨ ਹੈ। ਯੈਸ। ਇਹ ਫੂਡ ਆ, ਬਾਈਬਲ ਇਜ਼ ਨਰਿਸ਼ਿੰਗ ਫੂਡ। ਯੈਸ। ਫੀਡਿੰਗ ਦਾ ਸੋਲ, ਪ੍ਰੋਵਾਈਡਿੰਗ ਮੀਟ ਐਂਡ ਡਰਿੰਕ। ਯੈਸ। ਬਾਈਬਲ ਪੌਸ਼ਟਿਕ ਭੋਜਨ ਹੈ ਜੋ ਆਤਮਾ ਨੂੰ ਆਹਾਰ ਦਿੰਦਾ ਹੈ। ਫਸਟ ਪੀਟਰ ਚੈਪਟਰ 2 ਵਰਸ 2 ਚ ਲਿਖਿਆ, ਨਵ ਜਨਮੇ ਬੱਚਿਆਂ ਨੂੰ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲਾਲਸਾ ਕਰੋ, ਹਾਂਜੀ, ਭਾਈ ਤੁਸੀਂ ਉਸਦੇ ਨਾਲ ਮੁਕਤੀ ਲਈ ਵੱਧਦੇ ਜਾਓ। ਹਾਲੇਲੂਇਆ। ਤੋ ਇਹ ਆਤਮਕ ਭੋਜਨ ਖਾਣ ਨਾਲ ਅਸੀਂ ਆਪਣੀ ਮੁਕਤੀ ਲਈ ਵੱਧਦੇ ਜਾਂਦੇ ਹਾਂ। 7 ਰੀਜਨ ਫਾਰ ਪ੍ਰੀਚਿੰਗ ਦਾ ਵਰਲਡ ਆਫ ਗਾਡ। 7 ਗੱਲਾਂ ਕਿਉਂ ਅਸੀਂ ਇਸ ਨੂੰ ਪ੍ਰੀਚ ਕਰ ਰਹੇ ਹਾਂ। 1, ਕਨਵਿਕਸ਼ਨ ਆਫ ਸਿੰਸ ਕਮ ਥਰੂ ਦਾ ਪ੍ਰੀਚਿੰਗ ਆਫ ਦਾ ਵਰਲਡ ਆਫ ਗਾਡ। ਪਾਪ ਨੂੰ ਮੰਨਣ ਪਰਮੇਸ਼ਵਰ ਦੇ ਵਚਨ ਦੇ ਪ੍ਰਚਾਰ ਦੇ ਦੁਆਰਾ ਹੁੰਦਾ ਹੈ। 2, ਫੇਥ ਕਮ ਬਾਈ ਹੀਅਰਿੰਗ ਦਾ ਵਰਲਡ ਆਫ ਗਾਡ। ਈਮਾਨ ਜਿਹੜਾ ਆ ਇਹ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਨ ਅਤੇ ਸੁਣਨ ਨਾਲ ਪੈਦਾ ਹੁੰਦਾ ਹੈ। ਔਰ ਕਲੈਂਜਿੰਗ ਕਮ ਫਰੋਮ ਦਾ ਵਰਲਡ ਆਫ ਗਾਡ। ਔਰ ਸ਼ੁੱਧਤਾ ਪਰਮੇਸ਼ਵਰ ਦੇ ਵਚਨ ਤੋਂ ਆਉਂਦੀ ਹੈ। ਔਰ 4, ਅਸ਼ੋਰੈਂਸ ਕਮ ਫਰੋਮ ਦਾ ਵਰਲਡ ਆਫ ਗਾਡ। ਨਿਸ਼ਚਿਤਾ ਯਾਨੀ ਯਕੀਨ ਪਰਮੇਸ਼ਵਰ ਦੇ ਵਚਨ ਤੋਂ ਆਉਂਦਾ ਹੈ। ਔਰ 5, ਕੰਫਰਟ ਕਮ ਫਰੋਮ ਦਾ ਵਰਲਡ ਆਫ ਗਾਡ। ਔਰ ਖੁਦਾ ਦੇ ਕਲਾਮ ਤੋਂ ਸਾਨੂੰ ਤਸੱਲੀ ਅਤੇ ਇਤਮਨਾਨ ਮਿਲਦਾ ਹੈ। 6, ਟਰੁੱਥ ਕਮ ਫਰੋਮ ਦਾ ਵਰਲਡ ਆਫ ਗਾਡ। ਔਰ ਖੁਦਾ ਦੇ ਕਲਾਮ ਤੋਂ ਸਾਨੂੰ ਖੁਦਾ ਦੀ ਸੱਚਾਈ ਦਾ ਪਤਾ ਚੱਲਦਾ ਹੈ। ਔਰ 7, ਦਾ ਨਿਊ ਬਰਥ ਕਮ ਫਰੋਮ ਦਾ ਵਰਲਡ ਆਫ ਗਾਡ। ਔਰ
ਖੁਦਾ ਦੇ ਕਲਾਮ ਪੜ੍ਹਨ ਅਤੇ ਸੁਣਨ ਦੇ ਨਾਲ ਸਾਡਾ ਜੀਵਨ ਬਦਲ ਜਾਂਦਾ ਹੈ, ਅਸੀਂ ਨਵੇਂ ਸਿਰੇ ਤੋਂ ਪੈਦਾ ਹੋ ਜਾਂਦੇ ਹਾਂ। 7 point ਟੂ ਰਿਮੈਂਬਰ ਇਨ ਰੀਡਿੰਗ ਦਾ ਵਰਲਡ ਆਫ ਗਾਡ ਬਾਈਬਲ, ਰੀਡ ਇਟ ਲਵਿੰਗਲੀ। ਸਾਨੂੰ ਜਿਹੜੀ ਬਾਈਬਲ ਆ ਬੜੇ ਪਿਆਰ ਨਾਲ ਪੜ੍ਹਨੀ ਚਾਹੀਦੀ ਹੈ। ਰੀਡ ਇਟ ਰੈਵਰੈਂਟਲੀ, ਇਸ ਨੂੰ ਆਦਰ ਪੂਰਵਕ ਪੜ੍ਹਨਾ ਚਾਹੀਦਾ। ਰੀਡ ਇਟ ਪ੍ਰੇਅਰਫੁਲੀ, ਇਸ ਨੂੰ ਪ੍ਰਾਰਥਨਾ ਪੂਰਵਕ ਪੜ੍ਹਨਾ ਚਾਹੀਦਾ। ਔਰ ਰੀਡ ਇਟ ਮੈਡੀਟੇਟਿਵਲੀ, ਇਸ ਨੂੰ ਧਿਆਨ ਪੂਰਵਕ ਪੜ੍ਹਨਾ ਚਾਹੀਦਾ। ਰੀਡ ਇਟ ਸਿਸਟੇਮੈਟਿਕਲੀ, ਇਸ ਨੂੰ ਸਿਸਟੇਮੈਟਿਕਲੀ ਪੜ੍ਹਨਾ ਚਾਹੀਦਾ। ਰੀਡ ਇਟ ਰੈਜ਼ੋਲੂਟਲੀ, ਇਸ ਨੂੰ ਦ੍ਰਿੜ ਪ੍ਰਤਿਗਿਆ ਨਾਲ ਪੜ੍ਹਨਾ ਚਾਹੀਦਾ ਹੈ। ਰੀਡ ਇਟ ਡੇਲੀ, ਇਸ ਨੂੰ ਹਰ ਰੋਜ਼ ਪੜ੍ਹਨਾ ਚਾਹੀਦਾ। ਇਨ ਕੰਕਲੂਜਨ ਆਈ ਵੁੱਡ ਲਾਈਕ ਟੂ ਸੇ, ਬਾਈਬਲ ਨੂੰ ਆਪਣਾ ਵਿਸ਼ਵਾਸ ਯੋਗਿਆ ਮਾਰਗਦਰਸ਼ਨ ਅਤੇ ਜੀਵਨ ਸਾਥੀ ਬਣਾ ਲਓ। ਬਾਈਬਲ ਪਰਮੇਸ਼ਵਰ ਦਾ ਵਚਨ ਹੈ, ਇਹ ਵਿਸ਼ਵਾਸ ਕਰਨ ਦੇ ਯੋਗ ਹੈ। ਪਵਿੱਤਰ ਆਤਮਾ ਤੋਂ ਪ੍ਰਾਰਥਨਾ ਕਰੋ ਕਿ ਉਹ ਆਪ ਨੂੰ ਪਵਿੱਤਰ ਪੰਨਿਆਂ ਨੂੰ ਸਮਝਣ ਵਿੱਚ ਮਦਦ ਕਰੇ। ਅਗਰ ਪਰਮੇਸ਼ਵਰ ਦੇ ਵਚਨ ਨੂੰ ਨਜ਼ਰਅੰਦਾਜ਼ ਕੀਤਾ, ਜੋ ਅੰਤ ਦੇ ਇਸ ਸਮੇਂ ਵਿੱਚ ਉਹ ਸਾਡਾ ਨਿਆਂਧੀਸ਼ ਹੋਏਗਾ, ਅੰਤ ਦੇ ਸਮੇਂ ਸਾਡਾ ਜੱਜ ਬਣ ਜੂਗਾ। ਔਰ ਜੌਨ ਚੈਪਟਰ 12 ਵਰਸ 48 ਕਹਿੰਦੀ ਆ ਕਿ ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹਨੂੰ ਉਹ ਦੋਸ਼ੀ ਠਹਿਰਾਉਂਦਾ ਹੈ। ਜਿਹੜਾ ਵਚਨ ਮੈਂ ਕਿਹਾ ਉਹ ਅੰਤ ਦੇ ਦਿਨ ਉਸਨੂੰ ਦੋਸ਼ੀ ਠਹਿਰਾਏਗਾ। ਪਰੰਤੂ ਪ੍ਰਭੂ ਮੈਨੂੰ ਸਿਖਾਓ ਕਿ ਮੈਂ ਇਸ ਧਰਮ ਗ੍ਰੰਥ ਨੂੰ, ਯਾਨੀ ਬਾਈਬਲ ਨੂੰ, ਉੱਚਾ ਮਹੱਤਵ ਦੇਵਾਂ। ਇਸ ਦੀ ਜ਼ਰੂਰਤ ਦੇ ਸਮੇਂ, ਅਵਸਥਾ ਦੇ ਸਮੇਂ ਇਸ ਦਾ ਸਮਰਥਨ ਕਰਾਂ। ਮੈਨੂੰ ਹੌਸਲਾ ਬਖਸ਼ ਕਿ ਮੈਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਾਂ। ਮੇ ਅਵਰ ਗੁੱਡ ਗਾਡ ਬਲੈਸ ਯੂ ਆਲ। ਖੁਦਾਵੰਦ ਆਪ ਸਭ ਨੂੰ ਬਹੁਤ ਸਾਰੀ ਆਸ਼ਿਸ਼ ਦੇ, ਬਰਕਤ ਦੇ। ਔਰ ਇਹ ਪਵਿੱਤਰ ਬਾਈਬਲ ਦੇ ਬਾਰੇ 'ਚ ਜੋ ਤੁਸੀਂ ਅੱਜ ਸਿੱਖਿਆ ਹੈ, ਔਰ ਇਹਦੇ ਉੱਤੇ ਚੱਲੋ ਤਾਂ ਕਿ ਤੁਸੀਂ ਮੁਕਤੀ ਪ੍ਰਾਪਤ ਕਰ ਲਓ। ਕਿਉਂਕਿ ਮੁਕਤੀ ਯੱਸੂ ਨੇ ਦੇਣੀ ਹੈ, ਪਰ ਇਹਦੇ ਵਿੱਚ ਯੱਸੂ ਦਾ ਪੈਗਾਮ ਹੈ, ਯੱਸੂ ਦਾ ਸੰਦੇਸ਼ ਹੈ। ਉਸ ਸੰਦੇਸ਼ ਨੂੰ ਮੰਨੋਗੇ ਤਾਂ ਖੁਦਾਵੰਦ ਤੁਹਾਨੂੰ ਬਰਕਤ ਦੇਵੇਗਾ। ਔਰ ਮੈਂ ਉਮੀਦ ਕਰਦਾ ਕਿ ਅੱਜ ਤੁਸੀਂ ਬਹੁਤ ਸਾਰੀ ਬਰਕਤ ਪਾਈ ਹੈ। ਤੁਸੀਂ 30 ਗੁਣਾ ਨਹੀਂ, 60 ਗੁਣਾ ਨਹੀਂ, ਬਲਕਿ 100 ਗੁਣਾ ਬਰਕਤ ਪਾਈ ਹੈ। ਅਤੇ ਕੁਛ ਕਮੈਂਟਸ ਆਏ ਨੇ ਔਰ ਜਿਹਨਾਂ ਨੂੰ ਮੈਂ ਪੜ੍ਹਾਂਗਾ। ਔਰ ਦਨੇਸ਼ ਸਿੰਪਲਾ ਜੈਮਸੀ ਦੀ, ਪਾਸਟਰ ਜੀ ਪ੍ਰੇ ਫੋਰ ਮੀ ਐਂਡ ਮਾਈ ਫੈਮਿਲੀ, ਹੈਲੇਲੂਇਆ। ਤੋ ਦਨੇਸ਼ ਸਾਹਿਬ ਦਵੇਸ਼ ਜੀ, ਅਸੀਂ ਤੁਹਾਡੇ ਲਈ ਜ਼ਰੂਰ ਦੁਆ ਕਰਾਂਗੇ। ਔਰ ਆਖਰ ਦੇ ਵਿੱਚ ਅੱਗੇ ਆਈ ਹੈ ਸਰੀਤਾ ਮਿੰਚ, ਗਲੋਰੀ ਟੂ ਗਾਡ, ਔਰ ਕਹਿ ਰਹੇ ਹੈਲੇਲੂਇਆ, ਯੈਸ ਆਮੇਨ, ਪ੍ਰੇਜ਼ ਦਾ ਲਾਰਡ। ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਕੁਛ ਲੋਕਾਂ ਨੇ ਅੱਜ ਦੇ ਇਹ ਕਮੈਂਟਸ ਕੀਤੇ ਨੇ। ਖੁਦਾ ਉਹਨਾਂ ਦੇ ਨਾਲ ਹੋਵੇ, ਖੁਦਾ ਉਹਨਾਂ ਨੂੰ ਬਰਕਤ ਦੇ। ਆਓ ਅਸੀਂ ਦੁਆ ਕਰੀਏ। ਹਾਲੇਲੂਇਆ, ਯੈਸ, ਰਹਿਮਤਾਂ ਦੇ ਬਾਨੀ ਸਾਡੇ ਸੱਚੇ ਜਿੰਦੇ ਮਿਹਰਬਾਨ ਬਾਪ, ਤੇਰਾ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਦੇ ਸਮੇਂ ਦੇ ਲਈ, ਔਰ ਖਾਸ ਤੌਰ ਦੇ ਨਾਲ ਰੱਬ ਦੀ ਆਵਾਜ਼ TV ਦੇ ਲਈ, ਜਿਸ ਮੰਚ 'ਤੇ ਆ ਕੇ ਤੇਰੇ ਪੈਗਾਮ ਨੂੰ ਸੁਣਾ ਸਕੇ। ਔਰ ਪਿਤਾ ਪਰਮੇਸ਼ਵਰ, ਇਹ ਵਚਨ ਜੋ ਅੱਜ ਦਾ ਬਹੁਤ ਜ਼ਰੂਰੀ ਸੀ, ਜਿਸ ਨੂੰ ਅਸੀਂ ਸਿੱਖ ਸਕੇ, ਜਿੰਨੇ ਵੀ ਦਰਸ਼ਕ
ਨੇ ਅੱਜ ਦੇ ਕਲਾਮ ਨੂੰ ਸੁਣਿਆ ਆ, ਸਭ ਨੂੰ ਬਲੈਸ ਕਰ। ਜੋ ਕਿਸੇ ਵਜ੍ਹਾ ਨਾਲ ਨਹੀਂ ਵੀ ਸੁਣ ਸਕੇ ਉਹਨਾਂ ਨੂੰ ਵੀ ਬਲੈਸ ਕਰ, ਉਹਨਾਂ ਦੇ ਘਰਾਂ ਨੂੰ ਬਲੈਸ ਕਰ, ਉਹਨਾਂ ਦੇ ਬੱਚਿਆਂ ਨੂੰ ਬਲੈਸ ਕਰ, ਉਹਨਾਂ ਦੇ ਕੰਮਾਂ ਨੂੰ ਬਲੈਸ ਕਰ, ਰੱਬ ਦੀ ਆਵਾਜ਼ ਟੀਵੀ ਨੂੰ ਬਲੈਸ ਕਰ, ਰੱਬ ਦੀ ਆਵਾਜ਼ ਮਿਨਿਸਟਰੀ ਨੂੰ ਬਲੈਸ ਕਰ, ਰੱਬ ਦੀ ਆਵਾਜ਼ ਦੇ ਚਰਚਿਸ ਨੂੰ ਬਲੈਸ ਕਰ, ਸਾਨੂੰ ਦੋਨਾਂ ਨੂੰ ਵੀ ਬਲੈਸ ਕਰ, ਤਾਂ ਕਿ ਅਸੀਂ ਪਿਤਾ ਪਰਮੇਸ਼ੁਰ ਤੇਰਾ ਕਲਾਮ ਹਰ ਹਫ਼ਤੇ ਇਸ ਮੰਚ 'ਤੇ ਲਿਆਉਂਦੇ ਹੋਏ ਤੇਰੇ ਨਾਂ ਨੂੰ ਉੱਚਾ ਕਰੀਏ, ਤੇਰੇ ਨਾਂ ਨੂੰ ਜਲਾਲ ਪਹੁੰਚਾਈਏ। ਬੇਵਾ ਯਤੀਮਾਂ ਗਰੀਬਾਂ ਅਨਾਥਾਂ ਦੀ ਮਦਦ ਕਰੋ, ਦੁਖੀਆਂ ਪੀੜਤਾਂ ਦਾ ਸਹਾਰਾ ਬਣੋ, ਸਭ ਬਿਮਾਰਾਂ ਵਿਚਾਰਾਂ ਨੂੰ ਚੰਗਾ ਕਰੋ। ਖਾਸ ਪ੍ਰਾਰਥਨਾ ਸਿਆਣਾਂ ਦੇ ਲਈ, ਜੋ ਬੇਟੀ ਹਸਪਤਾਲ ਦੇ ਵਿੱਚ ਦਾਖਲ ਹੈ ਔਰ ਕਾਫੀ ਬਿਮਾਰ ਹੈ, ਪਰੇਸ਼ਾਨ ਹੈ, ਤੂੰ ਉਸ ਬੇਟੀ 'ਤੇ ਰਹਿਮ ਕਰ, ਫਜ਼ਲ ਕਰ, ਦਇਆ ਕਰ। ਡਾਕਟਰ, ਨਰਸ, ਮੈਡੀਕਲ ਟੀਮ, ਕੰਸਲਟੈਂਟ, ਜੋ ਵੀ ਉਸ ਬੇਟੀ ਦਾ ਇਲਾਜ ਕਰਦੇ ਨੇ, ਤੂੰ ਉਹਨਾਂ ਨੂੰ ਆਪਣੀ ਬੁੱਧੀ ਔਰ ਗਿਆਨ ਦੇ ਨਾਲ ਭਰ ਦੇ, ਔਰ ਤਾਂ ਕਿ ਤੇਰੇ ਤੋਂ ਬੁੱਧੀ ਔਰ ਗਿਆਨ ਪ੍ਰਾਪਤ ਕਰਕੇ ਇਲਾਜ ਕਰਨ। ਸਾਡਾ ਯਕੀਨ ਅਤੇ ਭਰੋਸਾ ਹੈ ਕਿ ਡਾਕਟਰਾਂ ਦਾ ਕੰਮ ਇਲਾਜ ਕਰਨਾ, ਚੰਗਿਆਈ ਤੇਰੇ ਹੱਥਾਂ 'ਚ, ਆਪਣੇ ਚੰਗਾ ਦੇ ਹੱਥਾਂ ਨੂੰ ਬੜਾ, ਉਸ ਬੇਟੀ ਨੂੰ ਛੂ, ਉਸਨੂੰ ਪਾਕ ਅਤੇ ਪਵਿੱਤਰ ਕਰ, ਉਹਦੀ ਬਿਮਾਰੀ ਕਮਜ਼ੋਰੀ ਨੂੰ ਦੂਰ ਕਰ। ਕੋਈ ਵੀ ਕੰਮ ਤੇਰੇ ਤੋਂ ਅਸੰਭਵ ਨਹੀਂ ਹੈ, ਐਵਰੀਥਿੰਗ ਪੋਸੀਬਲ ਵਿਦ ਯੂ। ਪਿਆਰੇ ਖੁਦਾਵੰਦ, ਖਾਸ ਪ੍ਰਾਰਥਨਾ ਕੇਵਲ ਦੀ ਫੈਮਿਲੀ ਕਰ ਦੇ ਲਈ ਕਰਦੇ ਹਾਂ, ਕੇਵਲ ਜੋ ਇਸ ਦੁਨੀਆ 'ਚ ਨਹੀਂ ਰਹੇ, ਕੱਲ੍ਹ ਉਸਦਾ ਫਿਊਨਰਲ ਹੈ। ਪਿਤਾ ਪਰਮੇਸ਼ੁਰ, ਸਾਡੀ ਮਿਹਨਤ ਹੈ ਕਿ ਕੇਵਲ ਦੀ ਫੈਮਿਲੀ ਦੇ ਨਾਲ, ਬੱਚਿਆਂ ਦੇ ਨਾਲ, ਗ੍ਰੈਂਡ ਚਿਲਡਰਨ ਦੇ ਨਾਲ, ਬੇਟਿਆਂ ਦੇ ਨਾਲ ਔਰ ਬੇਟੀਆਂ ਦੇ ਨਾਲ, ਉਹਨਾਂ ਪਰਿਵਾਰਾਂ ਦੇ ਨਾਲ, ਦੋਹਤੇ ਦੋਹਤੀਆਂ ਦੇ ਨਾਲ, ਸਭ ਦੇ ਉੱਤੇ ਆਪਣੀ ਦਇਆ ਬਣਾਈ ਰੱਖਣਾ, ਸਭ ਨੂੰ ਬੜੀ ਬਰਕਤ ਦੇਣਾ, ਸਭ ਨੂੰ ਬਲੈਸ ਕਰਨਾ। ਉਹ ਤੇਰੀ ਅਮਾਨਤ ਕੱਲ੍ਹ ਤੇਰੇ ਹਵਾਲੇ ਹੋਏਗੀ, ਉਸ ਨੂੰ ਤੇਰੇ ਹਵਾਲੇ ਕਰਨ ਦੇ ਵਿੱਚ ਸਾਡੀ ਸਭ ਦੀ ਮਦਦ ਕਰਨਾ, ਔਰ ਖਾਸ ਤੌਰ ਨਾਲ ਫੈਮਿਲੀ ਦੀ ਮਦਦ ਕਰਨਾ, ਔਰ ਇਸ ਰੱਬ ਦੀ ਆਵਾਜ਼ ਟੀਵੀ ਨੂੰ ਬਰਕਤ ਦੇ, ਬਲੈਸ ਕਰ। ਯਸੂ ਦਾ ਨਾਂ ਲੈ ਕੇ ਮੰਗਦੇ ਹਾਂ, ਆਮੇਨ ਆਮੇਨ। ਹਾਏ ਸਾਡੇ ਬਾਪ, ਤੂੰ ਜੋ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਏ, ਤੇਰੀ ਬਾਦਸ਼ਾਹਤ ਆਏ, ਤੇਰੀ ਮਰਜ਼ੀ ਦਾ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਤੇ ਵੀ ਹੋ ਰਹੀ ਹੋਵੇ, ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਬਖਸ਼ ਦੇ, ਜਿੱਦਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਤੂੰ ਵੀ ਸਾਡੇ ਕਸੂਰਾਂ ਨੂੰ ਮਾਫ ਕਰ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਬਲਕਿ ਬੁਰਾਈ ਤੋਂ ਬਚਾ, ਕਿਉਂਕਿ ਬਾਦਸ਼ਾਹ, ਕੁਦਰਤ ਤੇ ਜਲਾਲ ਹਮੇਸ਼ਾ ਹੀ ਤੇਰੇ ਹਨ। ਹੁਣ ਸਾਡੇ ਖੁਦਾਵੰਦ ਯਸੂ ਮਸੀਹ ਦਾ ਰਹਿਮ ਤੇ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਰਫਾਕਤ ਤੇ ਸ਼ਰਾਕਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਸਾਡੇ ਸਭ ਦੇ ਨਾਲ, ਖਾਸ ਤੌਰ ਦੇ ਨਾਲ ਤਮਾਮ ਸੁਣਨ ਵਾਲਿਆਂ ਦੇ ਨਾਲ, ਰੱਬ ਦੀ ਆਵਾਜ਼ ਟੀਵੀ ਦੇ ਨਾਲ ਹਮੇਸ਼ਾ ਤੱਕ ਹੁੰਦੀ ਰਹੇ। ਹਾਲੇਲੂਇਆ, ਹਾਲੇਲੂਇਆ, ਆਮੈਨ। ਪਾਸਟਰ ਵੱਲੋਂ, ਮੇਰੇ ਵੱਲੋਂ, ਤਾਲਬ ਵੱਲੋਂ, ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ, ਇੰਡੀਆ, ਪਾਕਿਸਤਾਨ, ਜਿਨ੍ਹਾਂ ਨੇ ਅੱਜ ਪ੍ਰੋਗਰਾਮ ਸੁਣਿਆ ਸਾਡੇ ਵੱਲੋਂ, ਬਹੁਤ ਗੋਡ ਬਲੈਸ ਯੂ ਐਂਡ ਜੈਮ ਸੀ ਕੀ। ਅਗਲੇ ਬੁੱਧਵਾਰ ਜ਼ਰੂਰ ਮਿਲਾਂਗੇ। ਪ੍ਰਭੂ ਤੁਹਾਨੂੰ ਬਹੁਤ ਆਸ਼ੀਸ ਤੇ ਬਰਕਤ ਦੇ। ਆਮੇਨ। ਗੋਡ ਬਲੈਸ ਯੂ। ਥੈਂਕ ਯੂ। ਰੱਬ ਦੀ ਆਵਾਜ਼ ਟੀਵੀ ਪੇਸ਼ ਕਰਦੇ ਨੇ, ਹਾਲੇਲੂਇਆ, 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 ਹਾਲੇਲੂਇਆ।
ਆਵਾਜ਼ ਰੱਬ ਦੀ 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 ਆਵਾਜ਼ ਦੁਖੀਆਂ ਦੇ ਦੁੱਖ ਦੂਰ ਹੈ ਕਰਦੀ ਰੱਬ ਦੀ ਆਵਾਜ਼ ਖੁਸ਼ੀਆਂ ਵਿੱਚ ਭਰਪੂਰ ਹੈ ਕਰਦੀ ਰੱਬ ਦੀ ਆਵਾਜ਼ ਦੁਨੀਆ ਵਿੱਚ ਮਸ਼ਹੂਰ ਹੈ ਕਰਦੀ ਰੱਬ ਦੀ ਆਵਾਜ਼ 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 ਹਰ ਪਲ ਪ੍ਰਭੂ ਯਿਸੂ ਮਸੀਹ ਦੇ ਵਚਨ ਭਜਨ ਗੀਤ ਆਸ਼ੀਸ਼ ਤੇ ਬਰਕਤ ਲੈਣ ਲਈ ਦੇਖੋ ਚੈਨਲ ਰੱਬ ਦੀ ਆਵਾਜ਼ ਜੂਕੇ। ਹਾਲੇਲੂਯਾ। ਰੱਬ ਦੀ ਆਵਾਜ਼ ਟੀਵੀ ਪੇਸ਼ ਕਰਦੇ ਨੇ ਰੱਬ ਦੀ ਆਵਾਜ਼ ਰੱਬ ਦੀ ਆਵਾਜ਼ ਰੱਬ ਦੀ ਆਵਾਜ਼